ਸਾਧ ਸੰਗਤ ਵੱਲੋਂ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਇਸ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਹੈ। ਹੁਣੇ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਅੰਮ੍ਰਿਤ ਗੁਰਬਾਣੀ ਕੀਰਤਨ ਸਾਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਨੇ ਕੀਰਤਨ ਦੀ ਸਮਾਪਤੀ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਸਰਵਣ ਕਰਾਇਆ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ। ਆਪਾਂ ਸਰਵਣ ਕੀਤਾ ਆਓ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਮੈਂ ਆਪ ਜੀ ਦੇ ਸਨਮੁਖ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਔਰ ਉਹਨਾਂ ਦੇ ਪ੍ਰਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਫਤ ਸਲਾਹ ਦੇ ਬਚਨ ਨੇ ਉਹ ਆਪ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਨਮਸਕਾਰ ਵੀ ਕਰ ਰਹੇ ਹੋ ਯਤਨ ਕਰਿਓ ਇਕਾਗਰਤਾ ਬਖਸ਼ਿਓ ਗੁਰੂ ਦੀ ਸਿਫਤ ਸਲਾਹ ਆਪਾਂ ਕਰ ਸਕੀਏ। ਆਪ ਸਭ ਦਾ ਧੰਨਵਾਦ। ਥੋੜੀ ਜਿਹੀ ਆਵਾਜ਼ ਨਾ ਬਾਹਰੋਂ ਆ ਰਹੀਆਂ ਬਾਹਰ ਦੀ ਘਟਾ ਦੇ ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਰੋਜ਼ਾਨਾ ਅਣਗਿਣਤ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੁੰਦੀਆਂ ਨੇ ਔਰ ਗੁਰੂ ਰਾਮਦਾਸ ਮਹਾਰਾਜ ਇੱਕ ਤਾਂ ਉਹਨਾਂ ਦੇ ਦਰਸ਼ਨ ਹੁੰਦੇ ਨੇ ਇਤਿਹਾਸ ਵਿੱਚੋਂ, ਦੂਸਰਾ ਉਹਨਾਂ ਦੇ ਆਤਮਕ ਦਰਸ਼ਨ, ਉਹਨਾਂ ਦੇ ਸਵਰੂਪ ਦੇ ਦਰਸ਼ਨ ਉਹ ਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ। ਇਤਿਹਾਸ ਨੂੰ ਜਦੋਂ ਆਪਾਂ ਪੜ੍ਹਨੇ ਹਾਂ ਤੇ ਸਾਡੇ ਕੋਲ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਬਹੁਤ ਘੱਟ ਘਟਨਾਵਾਂ ਹਿਸਟਰੀ ਦੀਆਂ ਮਿਲਦੀਆਂ ਨੇ। ਗੁਰੂ ਰਾਮਦਾਸ ਜੀ ਦਾ ਆਗਮਨ ਸ਼ਹਿਰ ਲਾਹੌਰ ਵਿਖੇ ਹੋਇਆ ਹੈ ਤੇ ਸੰਨ 1534 ਹੈ ਜਦੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ। ਇਸ ਸੰਬੰਧੀ ਸ਼ਹਿਰ ਦਾਸ ਨੇ ਪਿਛਲੇ ਸਾਲ ਵੀ ਆਪ ਨੂੰ ਅਰਜ਼ ਕੀਤੀ ਸੀ। ਸੰਨ 1534 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਰਹਿ ਰਹੇ ਸਨ। ਸਤਿਗੁਰੂ ਨੇ 18 ਸਾਲ, ਅੱਜ ਮੈਂ ਸੁਬਾ ਵੀ ਅਰਜ਼ ਕੀਤੀ, 18 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਆਪਣੀ ਖੇਤੀ ਕੀਤੀ ਤੇ ਜਿਸ ਤੇ ਆਪਾਂ ਡੇਰਾ ਬਾਬਾ ਨਾਨਕ ਕਹਿੰਦੇ ਹਾਂ। ਇਹ ਅਜਿੱਤੇ ਰੰਧਾਵੇ ਦਾ ਇੱਥੇ ਖੂਹ ਹੁੰਦਾ ਸੀ ਤੇ ਗੁਰੂ ਨਾਨਕ ਸਾਹਿਬ ਅਕਸਰ ਰਾਵੀ ਤੋਂ ਆਰ ਆ ਇਸ ਪਾਸੇ ਕਹੀਏ ਕਰਤਾਰਪੁਰ ਵੱਲੋਂ ਤਾਂ ਪਾਰ ਹੀ ਕਹਾਂਗੇ, ਰਾਵੀ ਦੇ
ਇੱਥੇ ਵੀ ਹਜ਼ੂਰ ਆ ਕੇ ਕਿਤਨਾ ਸਮਾਂ ਬੈਠਦੇ ਰਹਿੰਦੇ ਸਨ। 1534 ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਨ ਤੇ ਬਾਬਾ ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਨੂੰ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਉਹਨਾਂ ਨੂੰ ਗੁਰੂ ਰਾਮਦਾਸ ਦੇ ਆਗਮਨ ਵੇਲੇ ਕਰਤਾਰਪੁਰ ਸੇਵਾ ਵਿੱਚ ਪਹੁੰਚਿਆ ਹੋਇਆ 2 ਸਾਲ ਹੋ ਚੁੱਕੇ ਸਨ। ਇੱਥੇ ਇੱਕ ਅਰਜ਼ ਹੋਰ ਕਰਾਂ ਕਿ ਗੁਰੂ ਨਾਨਕ ਗੁਰੂ ਅੰਗਦ ਦੇਵ ਦਾਸ ਨੇ ਸ਼ਬਦ ਵਰਤਿਆ ਹੈ। ਮੈਨੂੰ ਪਿਛਲੇ ਦਿਨ ਇੱਕ ਸੱਜਣ ਦਾ ਫੋਨ ਆਇਆ ਤੇ ਜਦੋਂ ਉਹਨੇ ਗੱਲਬਾਤ ਸ਼ੁਰੂ ਕੀਤੀ ਮੈਂ ਸਮਝ ਉਦੋਂ ਹੀ ਗਿਆ ਵੀ ਇਹ ਬੰਦਾ ਕਹਿਣਾ ਕੀ ਜਾਂਦਾ ਹੈ, ਕਿਉਂਕਿ ਅੱਜ ਜੋ ਕੁਝ ਵਰਤਾਰਾ ਵਰਤ ਰਿਹਾ ਸਿੱਖਾਂ 'ਚ, ਇੱਕ ਬੰਦਾ 10 ਕੁ ਮਿੰਟ ਬੋਲੇ ਨਾ ਗੁਰਮਤਿ ਤੇ ਯੱਕ ਲਖਤ ਪਤਾ ਲੱਗ ਜਾਂਦਾ ਇਸ ਬੰਦੇ ਦੀ ਜੜ ਕਿਹੜੇ ਪਾਸੇ, ਇਹ ਕਿਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਉਹ ਮੈਨੂੰ ਕਹਿੰਦਾ ਵੀ ਭਾਈ ਸਾਹਿਬ ਵੀ ਦੇਖੋ ਇਹ ਕਦੋਂ ਤੋਂ ਸ਼ੁਰੂ ਹੋਇਆ, ਅਸੀਂ ਬੇਬੇ ਨਾਨਕੀ ਤੋਂ ਸ਼ਬਦ ਨਾਨਕ ਕਹਿੰਦੇ ਹਾਂ ਕਹਿਣ ਤੋਂ, ਪਰ ਉਹ ਅਖੀਰ ਤੇ ਗੱਲ ਘੁਮਾ ਕੇ ਕਹਿਣਾ ਚਾਹੁੰਦਾ ਸੀ ਵੀ ਗੁਰੂ ਨਾਨਕ ਸਾਹਿਬ ਨਾਲ ਦੇਵ ਸ਼ਬਦ ਕਦੋਂ ਦਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਕਿਸੇ ਦੱਸਿਆ ਹੋਣਾ ਵੀ ਦੇਵ ਸ਼ਬਦ ਨਹੀਂ ਲਾਉਂਦਾ। ਮੈਂ ਉਹਨੂੰ ਇੱਕ ਬੜੇ ਪਿਆਰ ਸਹਿਤ ਬੇਨਤੀ ਕੀਤੀ ਤੇ ਗੁਰਮੁਖੋ ਇੱਕ ਗੱਲ ਬੜੀ ਸਪਸ਼ਟ ਹੈ, ਜਿੱਥੇ ਕਿਤੇ ਕਿਸੇ ਦੇ ਸਿੱਖਣ ਦੀ ਜਗਿਆਸਾ ਹੋਵੇਗੀ ਉਸ ਹਰ ਕੁਐਸਚਨ ਦਾ ਉੱਤਰ ਮਿਲੇਗਾ ਗੁਰੂ ਗ੍ਰੰਥ ਸਾਹਿਬ ਚ। ਜਿਹੜਾ ਬੰਦਾ ਅਸ਼ਰਧਾ ਚ ਡਿੱਗਿਆ ਹੋਇਆ ਅੰਦਰੋਂ ਕਠੋਰ ਹੋ ਚੁੱਕਾ, ਸਿਰਫ ਕਿਸੇ ਨੂੰ ਅਪਮਾਨਿਤ ਕਰਨ ਵਾਸਤੇ ਸਵਾਲ ਪੈਦਾ ਹੋਵੇਗਾ, ਸੱਚ ਇਵੇਂ ਉਸ ਬੰਦੇ ਦਾ ਉੱਤਰ ਦੁਨੀਆਂ ਵਿੱਚ ਬ੍ਰਹਮ ਗਿਆਨੀ ਵੀ ਨਹੀਂ ਦੇ ਸਕੇਗਾ। ਜੇ ਸੁਗਿਰਦਾਂ ਨਾਲ ਕਹੀਏ ਵੀ ਅਸੀਂ ਕੁਝ ਸਿੱਖਣਾ ਉਹਦਾ ਉੱਤਰ ਮਿਲੇਗਾ। ਮੈਂ ਇੱਕੋ ਦਮ ਹੱਸ ਪਿਆ, ਮੈਂ ਕਿਹਾ ਮੇਰੇ ਵੀਰ ਤੈਨੂੰ ਦੇਵ ਸ਼ਬਦ ਨਾਲ ਪ੍ਰੋਬਲਮ ਹੋ ਰਹੀ ਹੈ ਨਾ, ਦਿੱਲੀ ਤੋਂ ਫੋਨ ਸੀ, ਹੋ ਸਕਦਾ ਸੁਣ ਰਿਹਾ ਕੌਣ। ਉਹ ਹੱਸ ਪਿਆ। ਮੈਂ ਕਿਹਾ ਵੀ ਮਾਪਿਆਂ ਨੇ ਨਾਮ ਰੱਖਿਆ ਲਹਿਣਾ, ਮਾਪਿਆਂ ਨੇ ਅੰਗਦ ਦੇਵ ਨਾਮ ਨਹੀਂ ਰੱਖਿਆ, ਤੇ ਮੈਂ ਕਿਹਾ ਵੀ ਦੂਸਰੇ ਪਾਤਸ਼ਾਹ ਦਾ ਨਾਮ ਕੀ ਹੈ, ਕਹਿੰਦਾ ਗੁਰੂ ਅੰਗਦ ਦੇਵ ਜੀ, ਤੇ ਮੈਂ ਕਿਹਾ ਇਹ ਨਾਮ ਗੁਰੂ ਨਾਨਕ ਸਾਹਿਬ ਨੇ ਰੱਖਿਆ, ਮਾਪਿਆਂ ਨੇ ਸਿਰਫ ਲਹਿਣਾ ਰੱਖਿਆ, ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਿੱਤਾ ਗੁਰੂ ਅੰਗਦ ਦੇਵ ਅਸੀਂ ਪੜ੍ਹਦੇ ਹਾਂ, ਜੇ ਦੂਸਰੇ ਪਾਤਸ਼ਾਹ ਨਾਲ ਦੇਵ ਲਫ਼ਜ਼ ਬੋਲਿਆ ਜਾਂਦਾ ਤੇ ਗੁਰੂ ਨਾਨਕ ਸਾਹਿਬ ਦੇ ਲਫ਼ਜ਼ ਨਾਲ ਇਤਰਾਜ ਕਿਉਂ। ਦੂਜੀ ਗੱਲ, ਮੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਹੁੰਦਾ ਹੈ ਜੋ ਤਰੂ ਪਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਜਿਨ ਪਰਸਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਹੈ ਗੁਰੂ ਨਾਨਕ ਗੋਬਿੰਦ ਰੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਉੱਥੇ ਸ਼ਬਦ ਦੇਵ ਵਰਤੇ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਸਤਿਗੁਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ, ਉਹਨਾਂ ਉੱਤੇ ਸ਼ਬਦ ਵਰਤੇ। ਖੈਰ ਮੈਂ ਬੇਨਤੀ ਕਰਾਂ ਕਿ 1534 ਨੂੰ ਜਦੋਂ ਗੁਰੂ ਰਾਮਦਾਸ ਦਾ ਆਗਮਨ ਹੋਇਆ ਉਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ ਬਾਬਾ ਲਹਿਣਾ ਜੀ ਨੂੰ ਕਰਤਾਰਪੁਰ ਪਹੁੰਚਿਆ 2 ਸਾਲ ਹੋ ਚੁੱਕੇ, 1532 ਨੂੰ ਉੱਥੇ ਗਏ ਆ ਤੇ ਗੁਰੂ ਰਾਮਦਾਸ ਦਾ ਆਗਮਨ 1534 ਦਾ ਹੈ। ਉਸ ਤੋਂ ਅੱਗੇ ਤੀਸਰੇ ਪਾਤਸ਼ਾਹ ਜਿਨ੍ਹਾਂ ਬੰਨਾ ਹੈ ਬਾਬਾ ਅਮਰਦਾਸ ਉਸ ਵੇਲੇ ਪਿੰਡ ਬਾਸਰ ਕੇ ਰਹਿ ਰਿਹਾ ਤੇ ਉਹ ਉਸ ਵੇਲੇ ਆਪਣੀ ਜ਼ਿੰਦਗੀ ਵਿੱਚ ਤਿਆਰੀ ਖਿੱਚਦੇ ਪਿਆ, ਤਿਆਰੀ ਕਰਦੇ ਉਹ ਤੀਰਥ ਇਸ਼ਨਾਨ ਕਰਨ ਜਾਂਦੇ ਆ। ਇਹਦਾ ਮਤਲਬ ਕਿ ਗੁਰੂ ਰਾਮਦਾਸ ਦੇ ਆਗਮਨ ਵੇਲੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਕਰਤਾਰਪੁਰ ਨੇ, ਤੀਸਰੇ ਪਾਤਸ਼ਾਹ ਆਪਣੇ ਪਿੰਡ ਬਾਸਰ ਕੇ ਨੇ, ਤੇ ਚੌਥੇ ਗੁਰਦੇਵ ਦਾ ਆਗਮਨ ਜਿਹੜਾ ਉਹ ਲਾਹੌਰ ਦੀ ਧਰਤੀ ਤੇ ਹੋਏ। ਅਗਲੀ ਬੇਨਤੀ ਕਿ ਲਾਹੌਰ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਭੁੱਲਾ ਨਾ 2 ਵਾਰੀ ਆਇਆ ਸ਼ਬਦ ਲਾਹੌਰ, ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਆਇਆ ਸ਼ਲੋਕ 12 ਤੇ ਵਧੀਕ ਵਿੱਚ, ਤੇ ਉਸੇ ਵਿੱਚ ਹੀ ਅੱਗੇ ਗੁਰੂ ਅਮਰਦਾਸ ਦਾ ਸ਼ਲੋਕ ਹੈ। ਇਹ ਸ਼ਲੋਕ ਹੈ ਲਾਹੌਰ ਜ਼ਹਿਰ ਲਾਹੌਰ ਸ਼ਹਿਰ
ਜ਼ਹਿਰ ਕਹਿਰ ਸਵਾ ਪਹਿਰ। ਇਹ ਸ਼ਬਦ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ 6 ਸ਼ਬਦਾਂ ਦਾ ਇੱਕ ਸ਼ਲੋਕ ਹੈ। ਇਹਦੇ ਅਰਥ ਵਿਦਵਾਨ ਇਹ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਲਾਹੌਰ ਸ਼ਹਿਰ ਦੇ ਅੰਦਰ ਅੰਮ੍ਰਿਤ ਵੇਲੇ ਜਦੋਂ ਪਰਮਾਤਮਾ ਦੀ ਇਬਾਦਤ ਕੀਤੀ ਜਾਣੀ, ਸੱਚ ਇਹ ਵੇ ਕਿ ਉਸ ਵੇਲੇ ਲਾਹੌਰ ਸ਼ਹਿਰ ਵਿੱਚ ਜੀਵ ਦੇ ਚਸਕੇ ਦੇ ਲਈ ਲੋਕ ਜਿਹੜੇ ਨੇ ਉਹ ਜੀਵਾਂ ਦਾ ਘਾਤ ਕਰਦੇ ਨੇ, ਜੀਵ ਮਾਰਦੇ ਨੇ ਮਾਸ ਦੀ ਖਾਤਰ, ਜੀਵ ਦੇ ਚਸਕੇ ਦੀ ਖਾਤਰ ਸਵੇਰੇ ਪਸ਼ੂ ਜਿਹੜੇ ਨੇ ਉਹ ਵੱਢੇ ਜਾਂਦੇ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਇਹ ਕੀਤੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਕਿ ਸਵਾ ਪਹਿਰ ਰਾਤ ਰਹਿੰਦਿਆਂ ਉਸ ਵਕਤ ਉੱਥੇ ਕਹਿਰ ਵਰਤਦਾ, ਜ਼ਹਿਰ ਘੁਲਦਾ। ਕੁਛ ਵਿਦਵਾਨਾਂ ਦਾ ਮਤ ਹੈ ਕਿ ਇਹ ਸਲੋਕ ਗੁਰਦੇਵ ਨੇ ਜਦੋਂ ਬਾਬਰ ਦਾ ਹਮਲਾ ਹੋਇਆ ਤੇ ਉਹਨੇ ਸੁੱਤੇ ਪਏ ਲੋਕਾਂ ਦੇ ਉੱਤੇ ਹਮਲਾ ਕੀਤਾ, ਉਸ ਵਕਤ ਕੁਰਲਾਟ ਮੱਚ ਗਿਆ, ਸੱਚਮੁੱਚ ਇੰਨਾ ਕੁ ਖੂਨ ਵਗਿਆ। ਬਾਬਾ ਜੀ ਨੇ ਉਸ ਕਤਲੋ ਗਾਰਤ ਨੂੰ ਦੇਖ ਕੇ ਕਿਹਾ ਕਿ ਲਾਹੌਰ ਸ਼ਹਿਰ ਜ਼ਹਿਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਦੋ ਤਰ੍ਹਾਂ ਦੇ ਅਰਥ ਕੀਤੇ। ਪਰ ਅਗਲੀ ਗੱਲ, ਜੇ ਮੰਨ ਲਓ ਇਸ ਦੇ ਜੀਵ ਘਾਤ ਦੀ ਗੱਲ ਕਰੀਏ ਵੀ ਅੰਮ੍ਰਿਤ ਵੇਲੇ ਜੀਵ ਘਾਤ ਹੋ ਰਿਹਾ, ਇਹ ਵੀ ਕਹੀਏ ਵੀ ਬਾਬਰ ਦੇ ਹਮਲੇ ਵਿੱਚ ਕਤਲੋ ਗਾਰਤ ਹੋਈ ਹੈ, ਪਰ ਅੱਗੇ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਫਤੀ ਦਾ ਘਾਤ। ਫਿਰ ਕਿ ਲਾਹੌਰ ਇੱਕ ਸ਼ਹਿਰ ਹੈ ਤੇ ਟੀਕਾਕਾਰ ਗੁਰਮੁਖ ਅਰਥ ਕਰਦੇ ਆ ਇੱਕ ਤਾਂ ਅੰਮ੍ਰਿਤਸਰ ਆਪਾਂ ਕਹਿ ਕੇ ਆਏ ਹਾਂ, ਉਂਝ ਆਪ ਨੂੰ ਪਤਾ ਹੋਵੇ ਆਪ ਨਜ਼ਦੀਕ ਰਹਿੰਦੇ ਹੋ। ਪਹਿਲਾਂ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਫਿਰ ਸ਼ਹਿਰ ਨੂੰ ਕਹਿੰਦੇ ਸਨ ਚੱਕ ਗੁਰੂ ਕਾ, ਇਸ ਲਈ ਕਹਿੰਦੇ ਸਨ ਗੁਰੂ ਕਾ ਚੱਕ ਚੱਕ ਗੁਰੂ ਕਾ। ਫਿਰ ਇਸ ਸ਼ਹਿਰ ਦਾ ਨਾਮ ਬਣ ਗਿਆ ਰਾਮਦਾਸਪੁਰ। ਮੈਂ ਹੈਰਾਨ ਹਾਂ, ਕੋਈ ਸੱਜਣ ਕਹਿੰਦੇ ਨੇ ਅਸਲ ਚ ਸ਼ਹਿਰ ਦਾ ਨਾਮ ਰਾਮਦਾਸਪੁਰ ਹੀ ਸੀ, ਪਰ ਜਿੱਥੇ ਗੁਰੂ ਸਾਹਿਬ ਨੇ ਹਰਿਮੰਦਰ ਬਣਾਇਆ ਇਸ ਦਾ ਨਾਮ ਅੰਮ੍ਰਿਤਸਰ ਸੀ। ਫਿਰ ਬੇਨਤੀ ਸੁਣੀ, ਸ਼ਹਿਰ ਦਾ ਨਾਮ ਰਾਮਦਾਸਪੁਰ ਹੈ, ਪਰ ਆਪਾਂ ਕੋਈ ਇੱਕ ਤਰਕ ਨਹੀਂ ਕਰਨਾ ਤੇ ਜਦੋਂ ਬੋਲੀਏ, ਮੈਨੂੰ ਪਤਾ ਅਕਸਰ ਸਾਡੇ ਬੰਦੇ ਅੰਮ੍ਰਿਤਸਰ ਬੋਲਦੇ ਆ ਕੇਵਲ, ਗੁਰਮੁਖੋ ਪਲੀਜ਼ ਇਸ ਸ਼ਹਿਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਕੀ ਬੋਲਣਾ ਚਾਹੀਦਾ, ਕਿਉਂਕਿ ਕੇਵਲ ਅੰਮ੍ਰਿਤਸਰ ਨਾ ਬੋਲੀਏ। ਮਹਾਰਾਜ ਨੇ ਤਾਂ ਇੱਥੋਂ ਤੱਕ ਹੈ, ਅਸੀਂ ਇਹ ਨਹੀਂ ਕਹਿ ਸਕਦੇ ਧੰਨ ਸ਼੍ਰੀ ਅੰਮ੍ਰਿਤਸਰ ਸਾਹਿਬ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰ, ਤੇਰਾ ਥਾ ਧੰਤਾ ਜੋਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਪਰ ਇਹ ਕਿਹਾ ਜਾਂਦਾ ਰਾਮਦਾਸਪੁਰ ਨਾਮ ਸੀ ਤੇ ਜਿੱਥੇ ਸਤਿਗੁਰਾਂ ਨੇ ਅਸਥਾਨ ਬਣਾਇਆ ਹਰਿਮੰਦਰ ਸਾਹਿਬ। ਗੁਰੂ ਰਾਮਦਾਸ ਵੇਲੇ ਹਰਿਮੰਦਰ ਸਾਹਿਬ ਨਹੀਂ ਬਣਿਆ, ਗੁਰੂ ਰਾਮਦਾਸ ਜੀ ਦੇ ਵੇਲੇ ਸਿਰਫ ਤਾਂ ਸਿਰਫ ਸਰੋਵਰ ਪੂਰਨ ਹੋਏ, ਇਹਦਾ ਮਤਲਬ ਪਟਾਈ ਹੋ ਗਈ ਹੈ, ਤੇ ਜਿਹੜਾ ਪੱਕਾ ਹੈ ਇਹ ਗੁਰੂ ਅਰਜਨ ਦੇਵ ਨੇ ਕੀਤਾ। ਪੂਰਨ ਤੌਰ ਤੇ ਪੱਟੇ ਜਾਣ ਦੀ ਗਵਾਹੀ ਸਾਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਪੂਰਨ ਤਾਲ ਖਟਾਇਆ, ਉਹਨਾਂ ਨੇ ਅਧੂਰਾ ਨਹੀਂ ਕਿਹਾ, ਇਹ ਨਹੀਂ ਕਿਹਾ ਟੱਪ ਲਾਇਆ, ਉਹ ਸ਼ਬਦ ਵਰਤੇ ਆ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਫਿਰ ਸੁਣੀ, ਉਹਨਾਂ ਨੇ ਪੂਰਨ ਤਾਲ ਖਟਾਇਆ ਕੇ ਤੇ ਅਗਲਾ ਸ਼ਬਦ ਵਰਤਿਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਪਰ ਗੁਰੂ ਅਰਜਨ ਦੇਵ ਨੇ ਇਸ ਸ਼ਬਦ ਨੂੰ ਬਾਣੀ ਚ ਵਰਤਿਆ ਰਾਮਦਾਸਪੁਰ। ਹਾਲਾਂਕਿ ਮੈਨੂੰ ਪਤਾ ਟੀਕਾਕਾਰ ਰਾਮਦਾਸਪੁਰ ਦਾ ਅਰਥ ਸਤ ਸੰਗਤ ਵੀ ਕਰਦੇ, ਪਰ ਇਹ ਸ਼ਬਦ ਗੁਰਮੁਖੋ ਬਿਲਕੁਲ ਇਸ ਥਾਂ ਲਈ ਉਚਾਰਿਆ ਹੈ ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉੱਥੇ ਗੁਰੂ ਜੀ ਨੇ ਅਨੂਪ ਸ਼ਬਦ ਵਰਤਿਆ ਉਪਮਾ ਤੋਂ ਰਹਿ ਵਸ ਦੀ ਸਗਰ ਅਪਾਰ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਫਿਰ ਇਹਨੂੰ ਸ਼ਬਦ ਨੂੰ ਸੁਣੀ, ਮੈਂ ਅਰਜ਼ ਕੀਤੀ ਅੰਮ੍ਰਿਤਸਰ ਸ਼ਬਦ ਵਰਤਿਆ ਬਾਣੀ ਚ ਬੜੀ ਵਾਰੀ ਆਉਂਦਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕੌਵਾ ਹੰਸ ਹੋ ਗਏ। ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤਿਆ ਅੰਮ੍ਰਿਤਸਰ ਸਿਫਤੀ ਦਾ ਘਰ, ਪਰ ਇਹ ਆਪ ਸਭ ਨੂੰ ਪਤਾ ਕਿ ਗੁਰੂ ਅਮਰਦਾਸ ਥਾਨ ਦੀ ਚੋਣ ਕਰਕੇ ਗਏ, ਪਰ ਬਾਅਦ ਵਿੱਚ ਜਿਹੜੇ ਸਰੋਵਰ ਨੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭਤਾ ਕੀਤਾ।
सतगुरु गोइंदवाल आ गए, याद रखियो। उदो ये बचन कह लाहौर शहर जिनू सहर कहर सवा पैर गुरु नानक साहब ने कहा। गुरु अमरदास कहिंदे आ भाई सिखो ओ लाहौर शहर अज सिफती दा घर बन चुका है। क्यों? क्योंकि उस लाहौर शहर दे विच धन गुरु रामदास दा आगमन होया। पर ये बचन उदो उचारण कीते जदो गुरु रामदास गोइंदवाल पहुंचे। लाहौर शहर अमृतसर सिफती दा घर, उस सिफतां दा घर बन गया। अगली बेनती, गुरु रामदास मैं अर्ज कीती एक ता इतिहास है। गुरु रामदास दा जिन्ना को इतिहास पढ़न दा मौका मिलिया उस विच गुरमुख वैसे ते थोड़ा जिहा बैठ जाए कैमरे लागे सौखा हो जाएगा मैनूं। गुरु रामदास जी दा आगमन लाहौर होया, उन्हां दा उस तो बाद वसेबा पिंड बासर के होया। पिंड बासर के तो बाद 21 साल गुरु रामदास गोइंदवाल रहे हैं। 21 साल रहे हैं, मैं तां क्या भी हिस्ट्री बड़ी थोड़ी लभदी है, पर बाणी उन्हां दी साडे कोल बेअंत है। 21 साल महाराज रहे हैं, कुछ समा उन्हां दा विवाह तो पहला दा है ते कुछ समा गुरु रामदास जी दा शादी तो बाद दा है। 21 साल महाराज रहे हैं गोइंदवाल साहब। उस तो बाद गुरमुखो गुरु रामदास जी ने अपना वसेबा कीता अमृतसर दी धरती ते, जिस गुरुद्वारा साहिब नूं आप जी गुरु के महल कहिंदे। उंज गुरु बनण तों पहला गुरु रामदास बटाले भी गए आ। ये मन चावेगा जी ये बटाले क्यों? बटाले गए उदों गुरु नहीं बने। असल च जदों अकबर बादशाह नूं शिकायत कीती गई है, उस वक्त बाबा बुड्ढा साहिब ते गुरु रामदास मिले आ। मैं शब्द गुरु रामदास ही वरतांगा क्योंकि मेरी जबान तो रामदास नहीं निकलना, क्योंकि कई सज्जन जदों गुरु नहीं बने ना ते उदों रामदास ही लिख दे। मैं बेनती करा, उस तो बाद गुरु रामदास भेवे भी गए आ, गुरु रामदास कुरुक्षेत्र भी गए आ, हालांकि सानू हिस्ट्री च नहीं मिलेगा, ते गुरु रामदास हरिद्वार भी गए आ। ਆਪਾਂ ਕਹਾਂਗੇ ਜੀ ਕਿਵੇਂ? ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਚ ਇੱਕ ਸ਼ਬਦ ਹੈ ਕਿ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ। ਉਹਦੇ ਵਿੱਚ ਗੁਰੂ ਅਮਰਦਾਸ ਜਦੋਂ ਗੁਰੂ ਗੱਦੀ ਤੇ ਬਿਰਾਜਮਾਨ ਹੋ ਕੇ ਤੀਰਥਾਂ ਤੇ ਗਏ, ਮਹਾਰਾਜ ਕੁਲਖੇਤਰ ਗਏ, ਮਹਾਰਾਜ ਭੇਵੇ ਗਏ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਹਰਿਦੁਆਰ ਗਏ, ਮਹਾਰਾਜ ਨੇ ਕੁਲਖੇਤਰ ਦਾ ਜ਼ਿਕਰ ਕੀਤਾ, ਸੁਰਸਰੀ ਦਾ ਜ਼ਿਕਰ ਕੀਤਾ, ਮਹਾਰਾਜ ਜੀ ਨੇ ਯਮੁਨਾ ਦਾ ਜ਼ਿਕਰ ਤੱਕ ਕੀਤਾ। ਉੱਥੇ ਦੱਸਿਆ ਹੁਣ ਉਹ ਸ਼ਬਦ ਜਿਹੜਾ ਹੈ ਉਹ ਸ਼ਬਦ ਉਚਾਰਨ ਕੀਤਾ ਗੁਰੂ ਰਾਮਦਾਸ ਦਾ। ਗੁਰਮੁਖੋ ਸੁਣਿਓ, ਜਿਹੜੇ ਬਾਣੀ ਪੜ੍ਹਦੇ ਹੋ ਮੇਰੀ ਗੱਲ ਸੌਖੀ ਸਮਝਣਗੇ। ਉੱਥੇ ਗੁਰੂ ਰਾਮਦਾਸ ਨੇ ਪੂਰਾ ਦੱਸਿਆ ਕਿਵੇਂ ਨਗਰਾਂ ਦੇ ਲੋਕ ਆਏ, ਕਿਵੇਂ ਲੁਕਾਈ ਉਲਟ ਕੇ ਆ ਗਈ, ਇੱਥੋਂ ਤੱਕ ਕਿ ਤੀਰਥਾਂ ਤੇ ਜਿਹੜਾ ਟੈਕਸ ਲੱਗਦਾ ਸੀ ਉਹ ਵੀ ਆਪਣੀਆਂ ਗੋਲਕਾਂ ਚੁੱਕ ਕੇ ਨਿਕਲ ਗਏ। ਗੁਰੂ ਅਮਰਦਾਸ ਦੇ ਪਿੱਛੇ ਜਿਹੜਾ ਤੁਰਿਆ ਉਹਨੂੰ ਕੋਈ ਟੈਕਸ ਨਹੀਂ ਲੱਗਾ, ਤੇ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਜੇ ਬਾਹਰ ਮੁਖੀ ਕੋਈ ਗੁਰੂ ਅਮਰਦਾਸ ਦੇ ਪਿੱਛੇ ਚੱਲੇ ਉਹਨੂੰ ਕੋਈ ਟੈਕਸ ਨਹੀਂ, ਜਿਹੜਾ ਗੁਰੂ ਅਮਰਦਾਸ ਦੇ ਸ਼ਬਦ ਨੂੰ ਮੰਨੇਗਾ ਉਹਨੂੰ ਜਮਾਂ ਦਾ ਕਦੀ ਟੈਕਸ ਨਹੀਂ ਲੱਗ ਸਕਦਾ। ਹੁਣ ਉਹ ਜਿਹੜਾ ਸ਼ਬਦ ਹੈ ਉਹਦੇ ਚ ਕੁਲਖੇਤਰ, ਮੈਂ ਸਮੇਂ ਦੇ ਲਿਹਾਜ਼ ਨਾਲ ਕੁਲਖੇਤਰ ਦਾ ਸੁਰਸਰੀ ਦਾ ਇਹਦਾ ਮਤਲਬ ਕਿ ਗੁਰੂ ਰਾਮਦਾਸ ਨੇ ਸਭ ਕੁਝ ਆਪਣੀਆਂ ਅੱਖਾਂ ਦਾ ਨਾਲ ਚੱਲ ਕੇ ਦੇਖਿਆ। ਉਹ ਸਾਰਾ ਸਫ਼ਰਨਾਮਾ ਮੈਂ ਕਹਿ ਲਾਂ, ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਾ ਉਹਦਾ ਜ਼ਿਕਰ ਕੀਤਾ। ਪਰ ਗੁਰੂ ਬਣਨ ਤੋਂ ਬਾਅਦ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਟਿਕੇ। ਜੇ ਮਹਾਰਾਜ ਜੀ ਦਾ ਗੁਰਗੱਦੀ ਦਾ ਸਮਾਂ ਦੇਖੀਏ ਤੇ ਆਪਾਂ ਸਭ ਨੂੰ ਪਤਾ ਹੈ ਕਿ 7 ਸਾਲ ਦੇ ਕਰੀਬ ਇਹ ਸਾਰਾ ਵਕਤ ਬਣਦਾ ਹੈ। ਹੁਣ 7 ਸਾਲ ਚ ਗੁਰੂ ਰਾਮਦਾਸ ਨੇ ਕਿੰਨੀ ਕੁ ਬਖਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਗੁਰਮੁਖੋ ਆਪਣੀ ਰਸਨਾ ਤੋਂ, ਮੈਂ ਉਸ ਦਿਨ ਮੰਜੀ ਸਾਹਿਬ ਕਿਹਾ, 19 ਰਾਗਾਂ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, 63 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਨੇ ਤੇ 17 ਰਾਗਾਂ ਵਿੱਚ ਗੁਰੂ ਅਮਰਦਾਸ ਦੀ ਬਾਣੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 19 ਰਾਗ ਗੁਰੂ ਨਾਨਕ ਸਾਹਿਬ ਨੇ ਜਿਹੜੇ ਉਚਾਰਨ ਕੀਤੇ ਉਹ ਤੇ 11 ਰਾਗ ਆਪਣੇ ਕੋਲੋਂ ਹੋਰ ਬਣਾ ਹੋਰ ਲੈ ਕੇ ਗੁਰੂ ਰਾਮਦਾਸ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ।
मैं बेनती करा कि गुरु रामदास के 30 रागां च शब्द ने, उस तो इलावा उन्हां दे संबंध विच भाई गुरदास साहब जी बाकी रचनावां नूं पिछे रख के माड़ा जिहा गुरु रामदास की सिफत विच गुरु के रबाबिया ने बचन उच्चारण कीते ने, गुरु रामदास की सिफत विच गुरु अमरदास के पड़पोते ने शब्द उच्चारण कीते ने, ते गुरु रामदास की सिफत विच गुरमुखो भट साहिबाना ने अपनी रसना तो 60 सवैये सिर्फ ते सिर्फ गुरु रामदास की सिफत विच उच्चारण कीते। मैं फिर बेनती करांगा ये सारे बचन सानू उन्हां दी सिफत मिल सकते हैं। 30 रागां च तां बाणी है महाराज दी, ते गुरु ग्रंथ साहिब च गुरु रामदास दा सब तो पहला शब्द है हर के जन सतगुर सतगुर का पुनो करो गुर पास, हम कीरे किरम सतगुर शरणाई कर दया नाम प्रगास, मेरे मीत गुरदेव मोको राम नाम प्रगास। मैं बेनती करा ये शब्द जेड़े ने ये सब तो पहला शब्द गुरु रामदास दा गुरु ग्रंथ साहिब च, उस तो बाद गुरु रामदास दा दूजा शब्द गुरु ग्रंथ साहिब च है कि सो पुरख निरंजन हर पुरख निरंजन, वो शब्द है। तीसरा गुरु रामदास दा शब्द है हर तू करता सचियार मैडा साई, उस तो बाद गुरु रामदास दा चौथा शब्द है गुरु ग्रंथ साहिब च के काम क्रोध नगर बो भरिया मिल साधु खंडल खंडा है। गुरु रामदास दे चार शब्द जेड़े ने ओ श्री राग तो पहला। मैं जड़ी बेनती आप नु अज करनी चाहना सिर्फ उस वल केंद्रित होना चाहना। देखो अरदास विच बड़ी वड्डी ताकत है, बड़ी वड्डी शक्ति, ते सच एवे जिथे दुनिया दी हर चीज बाहां खड़ियां करदा है उथे अरदास दी करामात हर हालत विच वापरदी है। मैं हर हालत कह अरदास जिथे दुनिया दी शक्ति मुकदी है उथे अरदास दी रहमत वरदी है। इहदे विच एक बचन मैं एक गुरु तेग बहादुर साहिब दा लै लिए, उस बचन नूं दास पढ़ेगा दोहरा, बल छुटकियो बंधन परे बल छुटकियो अर्थ सौखे आ, कि हुण साडे कोल ताकत नहीं रही बल नहीं रहा बंधन परे सानू बंधन पै गए। भावां कि कोई सज्जना दा ये ख्याल है ये हजूर ने दिल्ली रहिंदियां बचन कहे, पर जिस गुरु ग्रंथ साहिब नूं आपां नमस्कार कर रहे हां उस विच ये दोहरा गुरु तेग बहादुर साहिब दे सलोकां नाल हुंदा है। बल छुटकियो ताकत चली गई, हुण बल शब्द दा अर्थ लफ्जी अर्थ आ ताकत है, ते बल कई तरह दा हुंदा है। कई बंदे शरीरक तौर ते कमजोर हुंदे ने, हैंडीकैप हुंदे ने, उन्हां कोल पैसे दा इन्ना बल हुंदा है वड्डे वड्डे बंदियां नूं थल्ले ला दिंदे आ। कई बंदियां कोल राजनीतिक बल बड़ा हुंदा है शरीरक तौर ते दुबले पतले हुंदे आ, कई बंदियां कोल शरीरक बल हुंदा है, कई बंदियां कोल विद्या दा बल हुंदा है, कई बंदियां दे कोल सियाणप दा बल हुंदा है। ते गुरु तेग बहादुर कहिंदे जे मन लो ऐसा वक्त आवे कि बंदे दा हर तरह दा बल ही खत्म हो जाए, ना इहदे कोल पैसा, ना इहदे कोल शरीरक ताकत, ना इस कोल कोई पदवी, ना कोई इहदे कोल संसार सोर कोई स्रोत होवे, पर महाराज कहिंदे मन लो बल छुटकियो एक तां ताकत चली गई, ते दूजी मुसीबत यह पै गई बंधन परे ताकत चली जाए बंदा कहिंदा कोई नहीं दिन निकल जाणगे, ते जे बंधन जकड़ लैण फिर की करे। फिर गुरु तेग बहादुर साहिब कहिंदे आ घबराही ना, ताकत जा सकती है पर अंदर दी सुरत दी एकाग्रता पुकारन दा हक तेरे कोल है, तेरे कोल ताकत चली भी जाए जिदन हर दरवाजा बंद हो जाए तू गुरु चरणा च अरदास करी, अरदास ओ कुछ कर देंदी है जेड़ी दुनिया विच कोई बंदा भी नहीं कर सकता। बल छुटकियो बंधन परे कछु ना होत उपाय, हुण कछु ना होत उपाय है कहो नानक अब ओट खर गज ज्यों हो सहाय। इहदे च बेबसी है, इह नहीं मैं कहांगा भी सलोक च कमजोरी है, इत्थे जीव दी बेबसी दसी लचारगी दसी
ਕਿ ਤਾਕਤ ਚਲੀ ਗਈ, ਬੰਧਨ ਪੈ ਗਏ ਤੇ ਕਛੂ ਨਾ ਹੋ ਤੂੰ ਪਾਏ, ਹੁਣ ਕੋਈ ਹੀਲਾ ਵੀ ਨਹੀਂ ਰਿਹਾ। ਤੇ ਅੱਗੇ ਮਹਾਰਾਜ ਕਹਿੰਦੇ ਨੇ ਕਿ ਹੇ ਸਤਿਗੁਰੂ, ਹੇ ਪਰਮਾਤਮਾ, ਇਹ ਤਾਂ ਇਨਸਾਨ ਹੈ, ਇਹ ਹਾਥੀ ਜਿਹਨੂੰ ਤੰਦਵੇ ਨੇ ਤਲਾਬ ਦੇ ਵਿੱਚ ਗ੍ਰਸ ਲਿਆ। ਹੇ ਪਰਮਾਤਮਾ, ਉਸ ਹਾਥੀ ਨੇ ਜਦੋਂ ਸਾਰੀ ਤਾਕਤ ਚਲੀ ਗਈ, ਇੱਕ ਕਮਲ ਦਾ ਫੁੱਲ ਤੈਨੂੰ ਭੇਟ ਕੀਤਾ, ਤੂੰ ਉਸ ਹਾਥੀ ਨੂੰ ਵੀ ਤੰਦਵੇ ਤੋਂ ਛੁਡਾ ਦਿੱਤਾ ਸੀ, ਉਹ ਤਾਂ ਡੁੱਬਦਾ ਪਿਆ ਸੀ। ਪਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੂੰ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜੂ ਹੋ ਸਹਾਇ। ਜਿਵੇਂ ਹਾਥੀ ਦੀ ਤੁਸੀਂ ਮਦਦ ਕੀਤੀ, ਉਹਦੀ ਸਹਾਇਤਾ ਕੀਤੀ, ਹੁਣ ਅਗਲਾ ਬੇਨਤੀ ਮੇਰੀ ਸੁਣਿਓ, ਇਹ ਹੈ ਅਰਦਾਸ ਦੀ ਕਰਾਮਾਤ। ਹਾਂ, ਇੱਕ ਗੱਲ ਹੋਰ, ਮੈਨੂੰ ਪਤਾ ਕਈਆਂ ਨੇ ਕਹਿਣਾ ਸੀ ਬੜੀਆਂ ਅਰਦਾਸਾਂ ਕੀਤੀਆਂ ਸਾਡੀ ਨਹੀਂ ਸੁਣੀ ਗਈ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਸੱਚ ਇਹ ਵੇ ਕਿ ਭਾਣਾ ਸ਼ਬਦ ਇਸ ਤੋਂ ਹੋਰ ਵੀ ਡੂੰਘਾ ਹੈ। ਜੇ ਨਹੀਂ ਸੁਣੀ ਜਾਂਦੀ ਤੇ ਉਹਨੂੰ ਸਬਰ ਨਾਲ ਸਵੀਕਾਰ ਕਰ ਲੈ। ਜੇ ਭਾਣੇ ਦੇ ਰੂਪ ਚ ਉਸ ਘਟਨਾ ਨੂੰ ਮੰਨਣਾ ਸ਼ੁਰੂ ਕਰ ਦੇਗਾ, ਸੱਚ ਇਹ ਵੇ ਉਸ ਭਾਣੇ ਸ਼ਬਦ ਵਿੱਚੋਂ ਵੀ ਤੇਰੀ ਜ਼ਿੰਦਗੀ ਵਿੱਚ ਰਸ ਭਰ ਜਾਏਗਾ। ਨਹੀਂ ਤੇ ਕਲਪ ਲਏਗਾ ਰੱਬ ਦਾ ਕੀ ਵਿਗਾੜ ਸਕਣਾ। ਅਰਦਾਸ ਤੂੰ ਪੁਕਾਰ ਕਰ, ਪਰ ਜੇ ਤੂੰ ਉਹਦੇ ਸਾਹਮਣੇ ਨਹੀਂ ਤੇਰੀ ਸੁਣੀ ਗਈ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ, ਵੇਖੋ ਮੈਂ ਯਤਨ ਕਰਨਾ ਕਿਸੇ ਬੰਦੇ ਦਾ ਕੋਈ ਵਿਰੋਧ ਨਾ, ਕਿਉਂਕਿ ਅੱਗੇ ਅਸੀਂ ਖੱਖੜੀ ਖੱਖੜੀ ਹੋਏ ਪਏ, ਕਿੰਨੇ ਕੁ ਟੁਕੜੇ ਸਾਡੇ ਹੋਏ ਪਏ। ਅੱਜ ਸਵੇਰੇ ਮਹਾਰਾਜ ਦਾ ਹੁਕਮ ਸੀ, ਭਾਈ ਸੁਖਚੈਨ ਸਿੰਘ ਬੈਠਿਆ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ। ਕਿੱਡਾ ਵੱਡਾ ਬਚਨ ਗੁਰੂ ਰਾਮਦਾਸ ਦਾ। ਤੇ ਮੈਂ ਸਵੇਰੇ ਟਾਈਮ ਸੀ ਥੋੜਾ, ਮਸਕੀਨ ਸਾਹਿਬ ਇੱਕ ਵਾਰੀ ਅਰਬ ਚ ਗਏ, ਉਹਨਾਂ ਨੇ ਸੁਣਾਇਆ ਵੀ ਤੇ ਲਿਖਤ ਵਿੱਚ ਵੀ ਪੜ੍ਹਿਆ, ਤੇ ਇਹ ਸਟੇਸ਼ਨ ਤੇ ਕਿਤੇ ਖਲੋਤੇ ਸਨ। ਇੱਕ ਸੱਜਣ ਬੜੀ ਦੂਰੋਂ ਦੌੜਦਾ ਆਇਆ, ਉਹਦੇ ਕੱਪੜੇ ਥੋੜੇ ਜਿਹੇ ਮੈਲੇ ਸਨ, ਕੰਮ ਕਰਨ ਵਾਲਾ। ਉਹਨੇ ਆਉਂਦੇ ਸਾਰ ਹੱਥ ਜੋੜ ਕੇ ਫਤਿਹ ਬੁਲਾਈ। ਮਸਕੀਨ ਸਾਹਿਬ ਕਹਿੰਦੇ ਸੀ, ਪੁੱਛਿਆ ਭਾਈ ਸਾਹਿਬ ਮੈਂ ਤੁਹਾਨੂੰ ਜਾਣਦਾ ਨੀ, ਆਪ ਜੀ ਕੌਣ? ਉਹ ਹੱਸ ਕੇ ਕਹਿੰਦੇ ਨੇ, ਜਾਣਦਾ ਮੈਂ ਵੀ ਤੁਹਾਨੂੰ ਨੀ, ਤੁਸੀਂ ਕੌਣ? ਪਰ ਕਈ ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਸਿੱਖ ਮਿਲਿਆ, ਮੈਂ ਫਤਿਹ ਬੁਲਾਉਣ ਆਇਆ। ਇਹ ਗੱਲ ਯਾਦ ਰੱਖਿਓ ਸੋਢੀ ਸਾਹਿਬ ਬੈਠਿਆ। ਅੱਜ ਅਸੀਂ ਸਿੱਖ ਨਹੀਂ ਪੁੱਛਦੇ, ਅਸੀਂ ਪੁੱਛਦੇ ਤੇਰਾ ਧੜਾ ਕਿਹੜਾ ਹੈ, ਤੂੰ ਕਿਹੜੇ ਜਥੇਬੰਦੀ ਦਾ, ਤੇਰਾ ਕਿੰਨਾ ਬੰਦਿਆਂ ਨਾਲ ਸੰਬੰਧ ਹੈ। ਇਹ ਗੱਲ ਯਾਦ ਰੱਖਿਓ, ਅੱਜ ਸਿੱਖੀ ਥੱਲੇ ਜਾਂਦੀ ਪਈ ਏ, ਧੜੇ ਬੰਦੀ ਉਹਦੇ ਉੱਤੇ ਹਾਵੀ ਹੁੰਦੀ ਪਈ। ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਗੁਰ ਸਿੱਖ, ਤੇ ਸਵੇਰੇ ਆਪਾਂ ਡਿਟੇਲ ਨਾਲ ਗੱਲ ਕੀਤੀ ਕਿ ਜਿਹੜਾ ਸਿੱਖ ਹੈ, ਮੈਨੂੰ ਪਤਾ ਹੈ ਕਿ ਅੱਜ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ, ਮੈਂ ਤੁਹਾਡੀ ਸੁਰਤ ਖਿੰਡਨ ਨਹੀਂ ਦਿਆਂਗਾ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਨੇ, ਵਾਰਤਕ ਰੂਪ ਚ ਬੋਲਿਆ ਜਾਂਦਾ, ਲੈਕਚਰ ਰੂਪ ਚ ਜੋ ਉਲਟ ਹੈ ਉਹ ਕੁਝ ਬੋਲਿਆ ਜਾਂਦਾ। ਤੇ ਅਸੀਂ ਕਹਿੰਦੇ ਬੱਲੇ ਬੱਲੇ, ਏਡੋ ਵੱਡਾ ਸੱਚ ਨਹੀਂ ਪਹਿਲਾਂ ਕਿਸੇ ਬੋਲਿਆ। ਯਾਦ ਰੱਖਿਓ, ਭੁਲੇਖੇ ਚ ਪਏ ਹੋਏ ਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋਗੇ ਸ਼ਬਦਾਂ ਦੇ, ਤੇ ਤੁਸੀਂ ਹੈਰਾਨ ਹੋਵੋਗੇ ਆਪਾਂ ਸੁਣ ਕੀ ਰਹੇ ਹਾਂ। ਮੈਨੂੰ ਪਤਾ ਹੈ, ਮੇਰੇ ਕੰਨਾਂ ਚ ਵੀ ਕੁਰੀ ਪਿਆ, ਲਓ ਜੀ ਇੰਨੀਆਂ ਅਰਦਾਸਾਂ ਹੋਈਆਂ ਕਿਉਂ ਨਾ ਸੁਣੀ ਗਈ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਚ ਕਿਤੇ ਨੀ ਲਿਖਿਆ ਹਰ ਸੁਣੀ ਜਾਏਗੀ, ਤਾਂ ਸੁਣੀ ਜਾਏਗੀ ਜੇ ਤੈਨੂੰ ਪਾਏਗਾ, ਜੇ ਤੈਨੂੰ ਨਹੀਂ ਪਾਉਂਦਾ, ਮੇਰਾ ਕੰਮ ਸੀ ਪੁਕਾਰ ਕਰਨਾ, ਸੁਣਨਾ ਤੇਰਾ ਕੰਮ ਸੀ। ਇੱਕ ਬਚਨ ਪੜੋ, ਦੋਏ ਕਰ ਜੋੜ ਕਰੂੰ ਅਰਦਾਸ, ਬੜਾ ਸੌਖਾ ਸਭ ਨੂੰ ਚੇਤੇ ਸਿੱਧੇ ਅਰਥ। ਇਹ ਮੈਨੂੰ ਕਿਸੇ ਕਿਹਾ ਸੀ ਵੀ ਇਹਦਾ ਉੱਤਰ, ਮੈਂ ਕਿਹਾ ਮੈਂ ਕਦੀ ਇਹਨਾਂ ਮਸਲਿਆਂ 'ਚ ਨਹੀਂ ਪੈਣਾ, ਇਹਨਾਂ ਨੂੰ ਉੱਤਰ ਦੇਣ ਦੀ ਥਾਂ ਸੁਖਮਨੀ ਸਾਹਿਬ ਦਾ ਪਾਠ ਟਿੱਕ ਕੇ ਕਰ ਲਓ। ਮਹਾਰਾਜ ਕਿਰਪਾ ਕਰੇ, ਅੰਦਰ ਟਿੱਕ ਜਾਏ, ਟਿੱਕਿਆ ਹੋਇਆ ਅੰਦਰ ਕਥਾ ਕੀਰਤਨ ਕਰੇਗਾ, ਸੰਗਤ ਆਪਣੇ ਆਪ ਹੀ ਆਨੰਦ ਮਾਣੇ। ਹੁਣ ਮੈਂ ਇੱਕੋ ਬੇਨਤੀ ਕਰਾਂ, ਇਹ ਤੁਕ ਪੜੋ, ਦੋਏ ਕਰ ਜੋੜ ਕਰੂੰ ਅਰਦਾਸ, ਮੈਂ ਦੋਨੋਂ ਹੱਥ ਜੋੜ ਕੇ ਅਰਦਾਸ ਕਰਨਾ, ਪਰ ਇੱਥੇ ਕੰਡੀਸ਼ਨ ਇਹ ਨਹੀਂ ਲਾਈ ਤੂੰ ਮੇਰੀ ਮਨ। ਮਹਾਰਾਜ ਕਹਿੰਦੇ, ਤੁਦ ਭਾਣੇ ਤਾਂ ਆਵੇ ਰਾਸ, ਜੇ ਤੈਨੂੰ ਪਾਏਗਾ ਤੇ ਸੁਣੀ ਜਾਏਗੀ, ਜੇ ਤੈਨੂੰ ਨਹੀਂ ਪਾਉਂਦਾ, ਮੇਰਾ ਕੰਮ ਚਿੱਠੀ ਲਾਣਾ ਸੀ, ਅਰਜੀ ਲਾਣਾ ਸੀ, ਪ੍ਰਵਾਨ ਤੇਰਾ ਕੰਮ ਕਰਨਾ, ਧੱਕਾ ਨਹੀਂ ਮੈਂ ਕਰ ਸਕਦਾ। ਇਹ ਜੇ ਕਹੀਏ ਜੀ ਹਰ ਅਰਦਾਸ ਸੁਣੀ ਜਾਏ, ਮੈਂ ਇੱਕ ਹੋਰ ਬੇਨਤੀ ਕਰਾਂ,
ਇੱਕ ਸ਼ਬਦ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ ਗੁਰਮੁਖੋ। ਮੈਂ ਕੇਵਲ ਆਪ ਜੀ ਨੂੰ ਨਹੀਂ ਕਹਿੰਦਾ, ਜਿਹੜੇ ਰੋਜ਼ ਆਪਾਂ ਕਹਾਂਗੇ ਜੀ 24 ਅਸ਼ਟਪਦੀਆਂ ਨੇ ਜੀ, ਘੰਟਾ ਸਵਾ ਘੰਟਾ ਲੱਗਦਾ ਹੈ, ਨਹੀਂ ਗੁਰਮੁਖੋ ਇੱਕ ਅਸ਼ਟਪਦੀ ਰੋਜ਼ ਕਰ ਲਓ, ਦੋ ਕਰ ਲਓ, ਤਿੰਨ ਕਰ ਲਓ, ਚਾਰ ਕਰ ਲਓ। ਮੈਂ ਦਰਬਾਰ ਸਾਹਿਬ ਇੱਕ ਸਿੰਘ ਮਿਲੇ, ਚਲੋ ਮੈਂ ਕਥਾ ਜੀ ਸ਼ਬਦ ਕਿਹਾ ਗੁਰੂ ਸਾਹਿਬ ਦੀ ਹਜ਼ੂਰੀ ਚ, ਇਹ ਨਾ ਸਮਝੋ ਕਿ ਮੈਂ ਆਪਣੇ ਤਜਰਬੇ ਦੱਸਣ ਲੱਗਾ, ਪਰ ਜਿਹੜੀ ਗੱਲ ਮੈਨੂੰ ਮਿਲਦੀ ਹੈ। ਉਹ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਕਰ ਲਿਆ ਕਰੋ। ਕਹਿੰਦਾ ਮੇਰੇ ਮਨ ਚ ਇੰਨੀ ਗੱਲ ਬਹਿ ਗਈ, ਮੈਂ ਇੱਕ ਇੱਕ ਸ਼ੁਰੂ ਕੀਤੀ, ਹੁਣ ਕਹਿੰਦਾ ਮੈਂ ਤਕਰੀਬਨ ਦੋ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨਾ ਤੇ ਸੁਖਮਨੀ ਸਾਹਿਬ ਮੈਨੂੰ ਜ਼ੁਬਾਨੀ ਖੰਡ ਗਏ। ਇਹਦਾ ਕਾਰਨ ਕਿਉਂਕਿ ਗੁਰਬਾਣੀ ਇਕੱਲੇ ਅੱਖਰ ਨਹੀਂ, ਤੇ ਜਿਹੜੇ ਇਹਨੂੰ ਨੌਲੇਜ ਦੇ ਰੂਪ ਚ ਅਰਥ ਕਰ ਰਿਹਾ ਵਾਹਿਗੁਰੂ ਉਹਨਾਂ ਨੂੰ ਸਭ ਨੂੰ ਸਮਤ ਦੇਈ। ਯਾਦ ਰੱਖਿਓ ਇਹ ਨੌਲੇਜ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕਰਤਾ ਆਪ ਵਰਤਦਾ ਪਿਆ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨੌਲੇਜ ਹੈ। ਦੂਜੀ ਗੱਲ, ਗੁਰੂ ਰਾਮਦਾਸ ਦਾ ਬਚਨ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਮਹਾਰਾਜ ਕਹਿੰਦੇ ਨੇ ਗੁਰ ਬਾਣੀ ਕਹੇ, ਗੁਰੂ ਜੀ ਬਾਣੀ ਕਹਿੰਦੇ ਆ, ਵੱਖਰਾ ਪਾਠ ਹੈ ਜੀ। ਗੁਰਬਾਣੀ ਕਹੇ ਨੀ, ਗੁਰ ਬਾਣੀ ਕਹੇ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਅਰਦਾਸ ਸਾਡੀ ਪੁਕਾਰ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ ਚ ਮੈਂ ਗੱਲ ਸ਼ੁਰੂ ਕੀਤੀ, ਇੱਕ ਪਾਠ ਕਰਨੇ ਖਾਂ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ, ਚਾਰਾਦਰ ਸਮਝ ਗਏ ਨਾ, ਤਾਕਤ ਜ਼ੋਰ ਕੋਈ ਵਸੀਲਾ, ਜੇ ਸਾਡਾ ਕੋਈ ਚਾਰਾ ਚੱਲਦਾ ਹੀ ਨਹੀਂ ਤੇ ਫਿਰ ਆਕੜ ਕੇ ਕਹੋ ਤੂੰ ਅਰਦਾਸਾਂ ਨੀ ਸੁਣਦਾ, ਅਸੀਂ ਨੀ ਤੈਨੂੰ ਮੰਨਦੇ। ਗੁਰੂ ਅਰਜਨ ਦੇਵ ਕਹਿੰਦਾ ਚਾਰਾ ਨਾਮ ਹੀ ਚੱਲਦਾ ਹੋਵੇ ਤੇ ਮੱਥਾ ਟੇਕਦੇ ਤੇਰਾ ਭਲਾ ਹੋਵੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਅਰਦਾਸ ਵੀ ਤਾਕਤ ਹੈ, ਪਰ ਇਹ ਕਹੀਏ ਜੀ ਮੇਰੀ ਸੁਣੀ ਨਾ ਗਈ। ਮੈਂ ਕਹਿੰਦਾ ਜੇ ਨਹੀਂ ਸੁਣੀ ਗਈ ਮੇਰੇ ਚ ਔਗਣ ਹੋਣਗੇ ਪਰਮਾਤਮਾ ਤੂੰ ਸਮਰੱਥ ਹੈ। ਮਹਾਰਾਜ ਨੇ ਤੇ ਸ਼ਬਦ ਵਰਤਿਆ ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਅੱਗੇ ਮਹਾਰਾਜ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਆ ਬਲ ਹੋਵਾ, ਉੱਥੇ ਸੀ ਬਲ ਛੁਟਕਿਓ, ਏਡੀ ਵੱਡੀ ਕਰਾਮਾਤ ਵਾਪਰ ਗਈ। ਬਲ ਹੋਵਾ, ਉੱਥੇ ਸੀ ਬਲ ਛੁਟਕਿਓ ਬੰਧਨ ਪਰੇ, ਉਸ ਅਰਦਾਸ ਨੇ ਕਰਾਮਾਤ ਦਿਖਾਈ, ਹੁਣ ਬਲ ਹੋਵਾ ਬੰਧਨ ਛੁਟੇ। ਇਹ ਦੂਜਾ ਸਲੋਕ ਹੈ ਨਾ, ਉੱਥੇ ਬਚਨ ਸੀ ਕਛੂ ਨਾ ਹੋ ਤੂੰ ਪਾਏ, ਇੱਥੇ ਗੁਰੂ ਕਹਿੰਦਾ ਸਭ ਕੁਝ ਹੋ ਤੂੰ ਪਾਏ। ਏਡੀ ਵੱਡੀ ਤਾਕਤ ਮੈਨੂੰ ਦੱਸੋ ਕੋਈ ਬੰਦਾ ਕਹਿ ਸਕਦਾ ਹੈ? ਬਲ ਗੋਵਾ ਬੰਧਨ ਛੁੱਟੇ ਸਭ ਕੁਝ ਹੋ ਤੂੰ ਪਾਏ, ਨਾਨਕ ਸਭ ਕੀ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਏ। ਹਰ ਚੀਜ਼ ਤੇਰੇ ਹੱਥ ਵਿੱਚ ਮੇਰੇ ਮਾਲਕਾ, ਤੂੰ ਹਰ ਥਾਂ ਤੇ ਸਹਾਇਤਾ ਕਰਨ ਵਾਲਾ। ਮੈਂ ਜਿਹੜੀ ਆਪ ਨੂੰ ਬੇਨਤੀ ਕਰਕੇ ਜਾਣੀ ਹੈ, ਇਹ ਥੋੜੀ ਜਿਹੀ ਭੂਮਿਕਾ ਮੈਂ ਬਣਾਈ ਹੈ। ਇੱਕ ਅਰਦਾਸ ਰੋਜ਼ ਪੂਰੇ ਸਿੱਖ ਜਗਤ ਦੀ ਗੁਰੂ ਰਾਮਦਾਸ ਦੇ ਦਰਬਾਰ ਚ ਹੁੰਦੀ ਹੈ। ਚਲੋ ਇੱਕ ਤਾਂ ਅਰਦਾਸੀ ਅਰਦਾਸ ਕਰਦੇ ਆ, ਸੰਗਤ ਤੇ ਟਹਿਲੀਆਂ ਦੀ ਅਰਦਾਸ, ਇੱਕ ਅਰਦਾਸ ਗੁਰੂ ਗ੍ਰੰਥ ਸਾਹਿਬ ਵੀ ਜਿਹੜੀ ਹੈ, ਜਿਹੜੀ ਭੱਟ ਕੀਰਤ ਨੇ ਕੀਤੀ ਹੈ। ਮੈਂ ਬੇਨਤੀ ਕਰਾਂ ਕੋਈ ਵੀ ਥਾਂ ਕਿਤੇ ਵੀ ਚਲੇ ਜਾਓ, ਇਹ ਸਵਈਆ ਰੋਜ਼ ਪੜਿਆ ਜਾਂਦਾ ਗੁਰੂ ਰਾਮਦਾਸ ਦੇ ਦਰਬਾਰ ਚ, ਤੇ ਸੱਚ ਏਵੇ ਇਸ ਸਵਈਏ ਵਿੱਚ ਏਡੇ ਕਮਾਲ ਦੇ ਬਚਨ ਨੇ ਕਿ ਜੀਵ ਦੀ ਅਰਦਾਸ ਗੁਰੂ ਰਾਮਦਾਸ ਦੇ ਦਰਬਾਰ ਚ ਹੁੰਦੀ ਹੈ। ਉਂਝ ਮੈਂ ਇਹ ਵੀ ਬਾਹਰ ਸੰਗਤ ਨੂੰ ਬੇਨਤੀ ਕਰਨਾ, ਕਿਉਂਕਿ ਹੁਣ ਸਾਡੇ ਚ ਇੱਕ ਨਵੀਂ ਪ੍ਰਥਾ ਚੱਲ ਪਈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਸੰਗਤ ਦਾ ਹੋਣਾ ਬਹੁਤ ਜ਼ਰੂਰੀ। ਗੁਰਦੁਆਰੇ ਚ ਹੋਵੇ, ਸ਼ਹਿਰ ਚ ਹੋਵੇ, ਪਿੰਡ ਚ ਹੋਵੇ, ਪਰ ਜਿਹੜਾ ਅਸੀਂ ਇਹ ਕੰਮ ਕਰਨ ਲੱਗ ਪਏ ਨਾ ਵੀ ਪਹਿਲਾਂ ਕੀਰਤਨ ਹੋ ਰਿਹਾ ਜੀ ਗੁਰਦੁਆਰਿਆਂ ਚ ਆਮ, ਅਸੀਂ ਫਿਰ ਕਹਿਣ ਲੱਗ ਪਏ ਜੀ ਅਸੀਂ ਨਾ ਬਿਲਕੁਲ ਗੁਰੂ ਰਾਮਦਾਸ ਹਰਿਮੰਦਰ ਦੀ ਤਰ੍ਹਾਂ ਅਸੀਂ ਪ੍ਰਕਾਸ਼ ਕਰਨੇ, ਉਸੇ ਤਰ੍ਹਾਂ ਸਾਡੀ ਪਾਲਕੀ ਆਉਂਦੀ ਉਸੇ ਤਰ੍ਹਾਂ ਹੁੰਦਾ। ਉਹ ਯਾਦ ਰੱਖਿਓ ਹਰਿਮੰਦਰ ਸਾਹਿਬ ਗੁਰਦੁਆਰਾ ਨਹੀਂ, ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੈ,
ਇਹ ਗੁਰਦੁਆਰਾ ਨਹੀਂ, ਇਹ ਤਿੰਨਾਂ ਚ ਬੜਾ ਫਰਕ। ਜੇ ਗੁਰਦੁਆਰਾ ਵੱਖਰਾ ਹੈ, ਦਰਬਾਰ ਵੱਖਰਾ ਹੈ ਤੇ ਤਖਤ ਵੱਖਰਾ ਹੁੰਦਾ ਹੈ। ਪਰ ਇਸ ਨੁਕਤੇ ਨੂੰ ਨਾ ਸਮਝਣ ਕਰਕੇ ਇਹ ਦਰਬਾਰ ਸਾਹਿਬ ਹੈ, ਇੱਥੇ ਨਗਾਰਾ ਵੱਜਦਾ ਹੈ, ਇੱਥੇ ਪਾਲਕੀ ਆਉਂਦੀ ਹੈ, ਇੱਥੇ ਅੱਗੇ ਸੱਚ ਏਵੇ ਕਿ ਚੋਬਦਾਰ ਆਉਂਦੇ ਨੇ, ਇੱਥੇ ਪਹਿਲਾ ਕੀਰਤਨ ਹੁੰਦਾ ਹੈ। ਇਹ ਅਸਲ ਚ ਕਾਰਨ ਏਵੇ ਕਿ ਇਹ ਪਾਤਸ਼ਾਹ ਦਾ ਚਿੰਨ ਹੈ। ਇਹ ਗੁਰੂ ਅਰਜਨ ਦੇਵ ਆਪ ਸਥਾਪਿਤ ਕਰਕੇ ਗਿਆ। ਮੈਂ ਇਸ ਕਰਕੇ ਸਿੱਖ ਜਗਤ ਨੂੰ ਬੇਨਤੀ ਕਰਾਂਗਾ, ਪਲੀਜ਼ ਗੁਰੂ ਰਾਮਦਾਸ ਦੇ ਦਰਬਾਰ ਦੀ ਰੀਸ ਮਤ ਕਰੋ, ਕੋਈ ਮਹਿਸੂਸ ਨਾ ਕਰਿਓ ਇਸ ਚੀਜ਼ ਦੀ। ਹੁਣ ਇਸ ਦਰਬਾਰ ਵਰਗੀ ਜੇ ਇਹ ਰੀਸ ਕਰਾਂਗੇ, ਹੁਣ ਆ ਕਰਨ ਲੱਗ ਪਿਆ ਨਾ ਜੀ, ਅਸੀਂ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਦਿਆਂਗੇ, ਮੈਂ ਤੇ ਇਹਨਾਂ ਕਿ ਦੇਖਿਆ ਨੀ, ਅਸੀਂ ਇਸ ਤਰ੍ਹਾਂ ਕਰ ਦਿਆਂਗੇ। ਮੈਂ ਇੱਕ ਬੇਨਤੀ ਕਰਾਂਗਾ, ਇਸ ਦਰਬਾਰ ਦਾ ਕੋਈ ਵੀ ਮੁਕਾਬਲਾ ਨਾ ਸਿੱਖ ਕਰੇ ਨਾ ਦੂਜਾ ਕੋਈ ਕਰੇ, ਤੇ ਸੋਨਾ ਮੜ ਸਕਦੇ ਹੋ ਪਰ ਗੁਰੂ ਰਾਮਦਾਸ ਦੀ ਰੂਹਾਨੀਅਤ ਦਾ ਬਦਲ ਕਿੱਥੋਂ ਲੈ ਕੇ ਆਵਾਂਗੇ, ਉਹ ਨਹੀਂ ਮਿਲੇਗਾ ਸਾਨੂੰ। ਇਹ ਗੱਲ ਬਾਬਾ ਖੜਕ ਸਿੰਘ ਜੀ ਹੋਣਾ ਕਹੀ ਸੀ ਮੈਨੂੰ, ਕਿ ਸੱਜਣ ਨੇ ਸੁਣਾਈ ਸੀ ਕਿ ਜਦੋਂ ਦੁਰਗਿਆਣੇ ਲੈ ਗਏ ਬਾਬਾ ਪੀਰ ਸਾਹਿਬ ਵਾਲੇ, ਵੀ ਆਹ ਵੇਖੋ ਜੀ ਆਹ ਇਸ ਤਰ੍ਹਾਂ ਸਰੋਵਰ ਜੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਇਮਾਰਤ ਜੀ ਦੇਖ ਕੇ ਹੱਸ ਪਏ ਤੇ ਤੁਰ ਲੱਗਿਆ, ਕਹਿੰਦੇ ਆ ਸਭ ਕੁਝ ਹੈ ਵੇ ਪਰ ਗੁਰੂ ਰਾਮਦਾਸ ਕੋਈ ਨਹੀਂ। ਨਹੀਂ ਇਸ ਦਰਬਾਰ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਉਂਝ ਛੀ ਕਿ ਮੈਨੂੰ ਪਤਾ ਵੀ ਸ਼ਬਦ ਗੋਲਡਨ ਟੈਂਪਲ ਮਸ਼ਹੂਰ ਹੋ ਗਿਆ, ਪਰ ਨਹੀਂ ਇਸ ਸ਼ਬਦ ਨੂੰ ਮਤ ਬੋਲੋ, ਇਹ ਪਦਾਰਥ ਦਾ ਟੈਂਪਲ ਨਹੀਂ, ਗੋਲਡ ਇੱਕ ਪਦਾਰਥ ਹੈ, ਇੱਕ ਧਾਤ ਹੈ, ਇਹ ਸ਼ਬਦ ਕਾ ਮੰਦਰ ਹੈ, ਇਹ ਖਰੀ ਕਾ ਮੰਦਰ ਹੈ। ਤੇ ਖਰੀ ਕਾ ਮੰਦਰ ਵੋ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਆ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇਂ ਰਾਹ। ਇਹ ਸੰਤ ਭਗਤ ਗੁਣ ਗਾਉਣ ਵਾਸਤੇ ਉਹਨਾਂ ਲਈ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਗੁਰੂ ਰਾਮਦਾਸ ਦੇ ਚਰਨਾਂ 'ਚ ਰੋਜ਼ ਇਹ ਸਵਈਆ ਪੜਿਆ ਜਾਂਦਾ ਹੈ। ਬਸ ਇਹ ਸਵਈਏ 'ਚ ਕੀ ਹੈ, ਇਸ ਸਵਈਏ 'ਚ ਭੱਟ ਕੀਰਤ ਨੇ ਆਪਣਾ ਜ਼ਿਕਰ ਕੀਤਾ ਹੈ, ਪਰ ਮੈਂ ਕਹਿੰਦਾ ਗੁਰਮੁਖੋ ਹਰ ਸਿੱਖ ਇਸ ਸਵਈਏ ਨੂੰ ਜ਼ਬਾਨੀ ਚੇਤੇ ਕਰ ਲੈ, ਫੁਰਨੇ ਦੇ ਤੌਰ ਤੇ ਹਰ ਰੋਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਇਸ ਵਿੱਚ ਜਿੰਨੇ ਵੀ ਅੰਦਰ ਦੀ ਮਲੀਨਤਾ ਹੈ ਉਹਨੂੰ ਧੋਣ ਦੀ ਸਮਰੱਥਾ ਹੈ। ਇਸ ਪਵਿੱਤਰ ਬਚਨ ਤੁਸੀਂ ਆਪ ਪੜ੍ਹੋ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਫਿਰ ਸੁਣੋ ਰੂਹਾਨੀਅਤ ਵਿੱਚ ਜਿਸ ਦਿਨ ਕਿਸੇ ਉੱਤੇ ਰੱਬ ਦੀ ਕਿਰਪਾ ਵਰਤਦੀ ਹੈ, ਸਭ ਤੋਂ ਪਹਿਲਾਂ ਪ੍ਰਮਾਤਮਾ ਗੁਰੂ ਨੂੰ ਗੁਣ ਦਿੰਦਾ ਹੈ, ਉਹ ਦੂਜੇ ਦੇ ਔਗਣ ਦੇਖਣੇ ਬੰਦ ਕਰ ਦਿੰਦਾ ਹੈ, ਉਹ ਆਪਣੇ ਔਗਣਾਂ ਵੱਲ ਝਾਤੀ ਮਾਰਨ ਲੱਗ ਪੈਂਦਾ ਹੈ। ਇਹ ਲਫ਼ਜ਼ ਨੂੰ ਫਿਰ ਮੈਂ ਰਿਪੀਟ ਕਰਦਾ ਨਾ, ਬਦਕਿਸਮਤੀ ਉਸ ਬੰਦੇ ਦੀ ਜਿਹੜਾ ਬੰਦਾ ਲੋਕਾਂ ਦੇ ਔਗਣ ਲੱਭਣ ਲੱਭ ਪਵੇ, ਸਮਝ ਲਓ ਕਿ ਉਹ ਬੰਦਾ ਢਿੰਦੀ ਕਲਾ ਵਿੱਚ ਚੱਲਣ ਲੱਗ ਪਿਆ। ਜਿਹੜਾ ਬੰਦਾ ਲੋਕਾਂ ਦੇ ਔਗਣਾਂ ਦੀ ਥਾਂ ਆਪਣੇ ਔਗਣਾਂ ਵੱਲ ਝਾਤੀ ਮਾਰਨ ਲੱਗ ਪਿਆ, ਸਮਝੋ ਪਰਮਾਰਥ ਦੀ ਪਹਿਲੀ ਪੌੜੀ ਚੜ ਗਿਆ। ਉਹਨੂੰ ਇਹ ਪਤਾ ਲੱਗ ਗਿਆ ਮੇਰੇ 'ਚ ਔਗਣ ਕੀ ਨੇ, ਤੇ ਜਿੰਨਾ ਮਨ ਨਿਰਮਲ ਹੋਵੇਗਾ ਉਹਨਾਂ ਬੰਦਾ ਅੰਦਰ ਝਾਤੀ ਮਾਰੇਗਾ, ਤੇ ਗੁਰਮੁਖੋ ਜਿੰਨਾ ਅੰਦਰ ਮੈਲਾ ਹੋਵੇਗਾ ਉਹਨਾਂ ਲੋਕਾਂ ਵੱਲ ਝਾਤੀ ਮਾਰੇਗਾ। ਇੱਥੇ ਭੱਟ ਜੀ ਨੇ ਪਹਿਲਾ ਸ਼ਬਦ ਕਿਹਾ ਹਮ ਅਵਗੁਣ ਭਰੇ। ਹੇ ਗੁਰੂ ਰਾਮਦਾਸ ਜੀ, ਅਸੀਂ ਤੇਰੇ ਬੂਹੇ ਤੇ ਖਲੋ ਕੇ ਸਵੀਕਾਰ ਕਰਨੇ ਆ, ਅਸੀਂ ਇੰਨੇ ਔਗਣਾਂ ਨਾਲ ਭਰੇ ਆ, ਸਾਡੇ ਅੰਦਰ ਗੁਣਾਂ ਲਈ ਥਾਂ ਹੀ ਕੋਈ ਨਹੀਂ ਬਚੀ। ਇਉਂ ਸ਼ਬਦ ਕਹਾਂ ਗੁਰੂ ਰਾਮਦਾਸ ਜੀ ਦਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਇੰਨੇ ਔਗਣ ਨੇ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਰਿਹਾ। ਮੈਂ ਫਿਰ ਅਰਜ਼ ਕਰਾਂਗਾ ਕਿ ਸਭ ਤੋਂ ਪਹਿਲਾਂ ਆਪ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇਹ ਇਕੱਲਾ ਭੱਟ ਜੀ ਨਹੀਂ ਕਹਿ ਰਹੇ ਕਿ ਗੁਰੂ ਰਾਮਦਾਸ ਮੇਰੇ ਅੰਦਰ ਔਗਣ ਨੇ, ਇੱਕ ਹੁੰਦਾ ਲੋਕਾਂ ਨੂੰ ਦੱਸਣ ਲਈ ਮੈਂ ਬੜਾ ਪਾਪੀ ਹਾਂ, ਮੈਂ ਬੜਾ ਕਾਮੀ ਹਾਂ। ਨਹੀਂ ਨਹੀਂ, ਆਪਣਾ ਅੰਦਰ ਗੁਰੂ ਅੱਗੇ ਖੋਲ। ਗੁਰੂ ਰਾਮਦਾਸ ਤਾਂ ਖੁਦ ਕਹਿੰਦੇ ਕੰਚਨ ਨਾਰੀ ਮੈਂ ਜੀਓ ਲੁਭਤ ਕਹਿ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ, ਮਨ ਅਣਰਸ ਲਾਇਆ ਹਰ ਪ੍ਰਭ ਚੇਤਨ ਆਵਈ, ਕਿਉਂ ਛੋਟਾ ਮੇਰੇ ਹਰ ਰਾਇਆ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਸੱਚੇ ਪਾਤਸ਼ਾਹ
ਸਾਨੂੰ ਆ ਸਿੱਖੀ ਦੇ ਜਿਹੜੀ ਤੇਰੇ ਨਾਲ ਸ਼ਬਦਾਂ ਵਿੱਚ ਹੈ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਔਗਣ ਸਭ ਮੇਰੇ। ਮਹਾਰਾਜ ਕਹਿੰਦੇ ਆ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਕਿਉਂਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਿੱਖੋ, ਸਿੱਖ ਲੋਕਾਂ ਦੇ ਔਗਣ ਝਾਤੀ ਮਾਰਦੇ ਪਿਆ, ਆਪਣਾ ਔਗਣ ਕਿਸੇ ਨੂੰ ਨਹੀਂ ਦਿਸਦਾ। ਇਹ ਰੱਬ ਨੇ ਪਤਾ ਨੀ ਫੇਸ ਇਹੋ ਜਿਹਾ ਬਣਾਇਆ, ਅੱਖਾਂ ਦੂਜਿਆਂ ਨੂੰ ਦੇਖ ਸਕਦੀਆਂ ਨੇ, ਕਮਲੀਆਂ ਆਪਣਾ ਚਿਹਰਾ ਕਦੀ ਦੇਖ ਨਹੀਂ ਸਕਦੀ, ਕਦੀ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਦਿਸਿਆ ਨਹੀਂ। ਮੈਂ ਬੇਨਤੀ ਕਰਾਂਗਾ, ਪਹਿਲੀ ਬਖਸ਼ਿਸ਼ ਹੁੰਦੀ ਹੈ ਸਮਝ ਪੈ ਜਾ ਮੈਂ ਔਗਣਾਂ ਨਾਲ ਭਰਿਆ ਅੱਖਾਂ। ਇਹ ਵਿਖਾਵੇ ਦੇ ਸ਼ਬਦ ਨਾ ਕਹੋ। ਇੱਕ ਉਦਾਹਰਨ ਆਪ ਜੀ ਨੂੰ ਦੇ ਕੇ ਮੈਂ ਸਮਾਪਤੀ ਕਰ ਦੇਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਕੱਲ ਰਾਤ ਵੀ ਅਸੀਂ ਸੀ ਫਤਿਹਗੜ੍ਹ ਚੂੜੀਆਂ ਨੇੜੇ, ਉਹਨਾਂ ਦੀ ਹਿਸਟਰੀ ਵਿੱਚ ਤਿੰਨ ਕਵੀ ਦਰਬਾਰ ਬੜੇ ਮਸ਼ਹੂਰ ਹੈ, ਵੈਸੇ ਤੇ ਚਾਰ ਨੇ। ਇੱਕ ਕਵੀ ਦਰਬਾਰ ਹੈ ਪੌਂਟਾ ਸਾਹਿਬ ਦਾ, ਜਿੱਥੇ ਖੁਦ ਮੇਰਾ ਗੁਰੂ ਅਕਾਲ ਦੀ ਉਸਤਤ ਉਚਾਰਨ ਕਰਦਾ, ਜਿੱਥੇ ਤੂੰ ਤੂੰ ਦੀਆਂ ਆਵਾਜ਼ਾਂ ਆਉਂਦੀਆਂ ਨੇ, ਜਿੱਥੇ ਹਜ਼ਾਰਾਂ ਵਾਰੀ ਰੱਬ ਨੂੰ ਨਤਮਸਤ ਹੋ ਕੇ ਨਮਸਤ ਨੂੰ ਕਿਹਾ ਜਾਂਦਾ, ਪੌਂਟਾ ਸਾਹਿਬ ਦਾ ਕਵੀ ਦਰਬਾਰ। ਦੂਜਾ ਕਵੀ ਦਰਬਾਰ ਹੈ ਆਨੰਦਪੁਰ ਸਾਹਿਬ ਦਾ, ਤੀਸਰਾ ਕਵੀ ਦਰਬਾਰ ਹੈ ਲੱਖੀ ਜੰਗਲ। ਇੱਕ ਅਸੀਂ ਮਹਾਰਾਜ ਦਾ ਬਚਨ ਪੜ੍ਹਨੇ ਆ, ਵੈਸੇ ਦਸਮ ਚ ਨਹੀਂ ਹੈ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸੱਦ ਮਾਹੀ ਦਾ ਮਹੀ ਪਾਣੀ ਘਾਓ ਘਾਓ ਮਤੋ। ਲੱਖੀ ਜੰਗਲ ਵੀ ਕਵੀ ਦਰਬਾਰ ਹੋਇਆ ਜੀ, ਨਾ ਪੁੱਤਰ ਨਾ ਮਾਤਾ ਨਾ ਪਿਆਰੇ ਸਿੱਖ, ਮਹਾਰਾਜ ਥੱਲੇ ਬੈਠੇ, ਕਵੀ ਦਰਬਾਰ ਉੱਥੇ ਵੀ ਹੋਇਆ। ਇੱਕ ਕਵੀ ਦਰਬਾਰ ਮਹਾਰਾਜ ਜੀ ਨੇ ਫਿਰ ਚੋਲਾ ਛੱਡਣ ਤੋਂ ਪਹਿਲਾਂ ਗਦਾਵਰੀ ਦੇ ਕੰਢੇ ਤੇ ਕੀਤਾ, ਢਾਡੀ ਵੀ ਹੋਏ। ਮੈਂ ਰਾਤ ਬੇਨਤੀ ਕੀਤੀ ਸੀ ਕਿ ਥੋੜਾ ਜਿਹਾ ਗੁਰਮੁਖੋ ਗੁਰਮਤ ਸਾਹਿਤ ਦੀ ਸਟੱਡੀ ਵਾਲੇ ਪਾਸੇ ਜ਼ਰੂਰ ਬਣੀ। ਹੁਣ ਪੜ੍ਹਨਾ ਬਿਲਕੁਲ ਬੰਦ ਹੋ ਚੁੱਕਾ, ਪੰਜਾਬੀ ਦਾ ਰੌਲਾ ਸਾਰੇ ਪਾਉਂਦੇ ਆ। ਮੈਂ ਬਾਹਰ ਵੀ ਕਿਹਾ, ਬਾਹਰ ਬੱਚਿਆਂ ਨੂੰ ਪੰਜਾਬੀ ਦੇ ਸਕੂਲ ਇਸ ਕਰਕੇ ਲਿਜਾਇਆ ਜਾਂਦਾ ਹੈ, ਇਹਨਾਂ ਨੂੰ ਥੋੜਾ ਬਹੁਤਾ ਘਰ ਬੋਲਣਾ ਆ ਜਾਏ, ਇਸ ਕਰਕੇ ਨਹੀਂ ਲਿਜਾਇਆ ਜਾਂਦਾ, ਇਹਨਾਂ ਨੂੰ ਲਿਟਰੇਚਰ ਪੜ੍ਹਨ ਦੀ ਜਾਚ ਆ ਜਾਏ, ਸਾਹਿਤ ਨਹੀਂ ਪੜ੍ਹਿਆ ਜਾ ਰਿਹਾ। ਉਹ ਵਿਚਾਰੇ ਬੋਲਦੇ ਆਪਣੇ ਢੰਗ ਨਾਲ, ਕਿਉਂਕਿ ਬੋਲੀ ਉਹੀ ਕਾਇਮ ਰਹਿੰਦੀ ਹੈ ਜਿਹੜੀ ਬੋਲੀ ਵਰਤੋਂ ਵਿੱਚ ਹੁੰਦੀ ਹੈ, ਜਿਹੜੀ ਵਰਤੋਂ ਚ ਨਾ ਹੋਵੇ ਉਹ ਬੋਲੀ ਮਰ ਜਾਂਦੀ ਹੈ। ਗੁਰੂ ਸਾਹਿਬ ਨੇ ਉੱਥੇ ਇੱਕ ਕਿਤਾਬ ਹੈ ਤੇ ਵਾਹਿਗੁਰੂ ਜੀ ਅਮਰਨਾਮਾ, ਮੈਂ ਰਾਤ ਜ਼ਿਕਰ ਕੀਤਾ ਸੀ, ਉਹ ਫਾਰਸੀ ਵਿੱਚ ਹੈ। ਉਹ ਗੁਰੂ ਕੇ ਢਾਡੀ ਨੱਥਾ ਤੇ ਅਬਦੁੱਲਾ ਉੱਥੋਂ ਤੱਕ ਜਾਂਦੇ ਆ, ਛੇਵੇਂ ਪਾਤਸ਼ਾਹ ਦੇ ਢਾਡੀ ਜਿਹੜੇ ਨੇ, ਉਹਨਾਂ ਨੇ ਫਿਰ ਫਾਰਸੀ ਚ ਲਿਖਿਆ ਕਿ ਗਦਾਵਰੀ ਦੇ ਕੰਢੇ ਮਹਾਰਾਜ ਆਏ, ਮਾਧੋ ਦਾਸ ਦਾ ਉਹਦੇ ਵੀਰਾਂ ਦਾ ਸਾਰਾ ਜ਼ਿਕਰ ਕੀਤਾ। ਗੁਰੂ ਸਾਹਿਬ ਲੱਖੀ ਜੰਗਲ ਕਵੀ ਦਰਬਾਰ ਸਜਿਆ, ਖਮ ਅਵਗੁਣ ਭਰੇ ਇਕ ਗੁਣ ਨਾਖੇ। ਇੱਕ ਤਾਂ ਸੰਗਤ ਦੇ ਮਨ ਚ ਬੈਰਾਗ ਹੈ, ਇਹ ਬੈਰਾਗ ਵੀ ਦਾਤੇ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ। ਕਹਿਣਾ ਬਹੁਤ ਸੌਖਾ ਗੁਰਮੁਖੋ, ਜ਼ਿੰਦਗੀ ਚ ਮਾਮੂਲੀਆਂ ਸੱਟਾਂ ਪਰਿਵਾਰ ਦੀਆਂ ਵੱਜਦੀਆਂ ਨੇ, ਅੰਦਰ ਖਿਲ ਜਾਂਦਾ ਹੈ। ਗੁਰੂ ਗੋਬਿੰਦ ਸਿੰਘ, ਕਿਹੜੇ ਸ਼ਬਦ ਤੇਰੇ ਲਈ ਲੱਭ ਕੇ ਲਿਆਵਾਂ, ਤੇਰੇ ਵਰਗਾ ਅਡਿੱਲ ਅਡਿੱਗ ਅਡੋਲ ਅਚਲ ਨਿਰਭਉ ਤੇ ਨਿਰਵੈਰ ਦੁਨੀਆਂ ਵਿੱਚ ਕੋਈ ਪੈਗੰਬਰ ਨਹੀਂ ਮਿਲੇਗਾ। ਇੰਨੇ ਅਡਿੱਗ ਅਡੋਲ ਉੱਥੇ ਕਵੀ ਦਰਬਾਰ ਸਜਿਆ ਤੇ ਮਹਾਰਾਜ ਦੇ ਚਰਨਾਂ ਚ ਕਵੀ ਆਇਆ ਬਿਹਾਰੀ। ਉਂਝ ਦਾਸ ਨੇ, ਮੈਂ ਹਉਮੈ ਲਈ ਨਹੀਂ ਕਹਿ ਰਿਹਾ, 52 ਕਵੀਆਂ ਦੀ ਸਾਰਿਆਂ ਦੀ ਇੱਕ ਇੱਕ ਲਿਖਤ ਦੇ ਦਰਸ਼ਨ ਕੀਤੇ। ਜੇ ਪੜ੍ਹਨਾ ਹੈ ਨਾ ਤੇ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ, ਜਿਨ੍ਹਾਂ ਨੂੰ ਸ਼ੌਂਕ ਉਹ ਪੜ੍ਹੇ ਹੋਏ, ਜਾਂ ਭਾਈ ਵੀਰ ਸਿੰਘ ਦਾ ਕਲਗੀਧਰ ਚਮਤਕਾਰ ਉਤਰਾਰਥ ਉਹਦੇ ਅਖੀਰ ਚ ਦਿੱਤਾ। ਕਵੀ ਦਰਬਾਰ ਸਜਿਆ, ਇੱਕ ਕਵੀ ਆਇਆ, ਕਵੀ ਬੈਠੇ
ਜਿੰਨਾ ਕੁ ਸਮਾਂ ਰਹਿ ਗਿਆ ਉਂਝ ਤਾਂ ਵੈਸੇ ਮੌਤ ਦਾ ਭਰੋਸਾ ਕੋਈ ਨਹੀਂ ਕੰਮ ਆਦਮੀ ਖਾਂ ਇੱਕਦਮ ਹੀ ਤੇ ਜਿਹੜੇ ਸਾਡੀ ਤਰ੍ਹਾਂ 50 ਕੁ ਟੱਪ ਚੁੱਕੇ ਆ ਨਾ ਮੈਂ ਬੇਨਤੀ ਕਰਾਂਗਾ ਭਰੋਸਾ ਕੋਈ ਨਹੀਂ ਕਦੋਂ ਚਲੇ ਜਾਣਾ ਮੰਨ ਲਓ ਜੇ ਜੀਆਂਗੇ 20 ਸਾਲ ਹੋਰ ਜੀ ਲਾਂਗੇ ਮੰਨ ਲਓ ਮੈਂ ਕਹਿੰਦਾ ਤੇ ਜਿੰਨਾ ਕੁਝ ਕਮਾਈ ਬੈਠੇ ਆ 20 ਸਾਲਾਂ 'ਚ ਕੋਈ ਨਹੀਂ ਮੁੱਕਣਾ ਪਿਛਲਿਆਂ ਨੇ ਸਾਨੂੰ ਪੁੱਛਣਾ ਕੋਈ ਨਹੀਂ ਜਿਨ੍ਹਾਂ ਦੀ ਖਾਤਰ ਕਰਨੇ ਉਹਨਾਂ ਪੁੱਛਣਾ ਕੋਈ ਨਹੀਂ ਤੇ ਮਨਾ ਜਿਹੜੇ ਤੇਰੇ ਕੋਲ ਦਿਨ ਬਚੇ ਨੇ ਨਾ ਤੂੰ ਖਾ ਲਿਆ ਪੀ ਲਿਆ ਰੱਜ ਲਿਆ ਬਹੁਤ ਕੁਝ ਹੰਡਾ ਲਿਆ ਹੁਣ ਤੋਬਾ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅੰਮ੍ਰਿਤ ਦੀ ਦਾਤ ਲੈ ਅੰਮ੍ਰਿਤਧਾਰੀ ਹੋਈਏ ਬਾਣੀ ਜਿੰਨੀ ਪੜੀ ਜਾਂਦੀ ਤੇ ਇੱਕ ਮੈਂ ਆਪ ਨੂੰ ਬੇਨਤੀ ਕਰਾਂ ਜਦੋਂ ਪਾਠ ਸ਼ੁਰੂ ਕਰੋ ਬਾਣੀ ਦੇ ਪਲੀਜ਼ ਕਿਸੇ ਗਿਆਨੀ ਦੀ ਸਲਾਹ ਨਾ ਲੈ ਦਿਓ ਉਹਨੇ ਨਿਤਨੇਮ ਤੋਂ ਵੀ ਭਜਾ ਦੇਣਾ ਉਹਨੇ ਕਹਿਣਾ ਰੋਜ਼ ਰੋਜ਼ ਪੜ੍ਹਦਾ ਹੀ ਰਹਿਦਾ ਨਹੀਂ ਹਮ ਤੂੰ ਬੀਜ ਭਇਓ ਨਹੀਂ ਕੋਈ ਤੂੰ ਮੈਂ ਸੁਕੰਤ ਨਾਰ ਹੰਸੋਈ ਜੇ ਸੁਹਾਗਣ ਤੇ ਪਤੀ ਦੇ ਵਿਚਕਾਰ ਕੋਈ ਨਹੀਂ ਜਦੋਂ ਗੁਰੂ ਨੂੰ ਮੁਹੱਬਤ ਕਰਨੀ ਹੈ ਫਿਰ ਤੀਜੇ ਤੋਂ ਪੁੱਛਣਾ ਗੁਰੂ ਨੂੰ ਪੁੱਛ ਕੇ ਜਾ ਮਹਾਰਾਜ ਕਹਿੰਦੇ ਜਿੰਨੇ ਸਵਾਸ ਨੇ ਤੂੰ ਬੰਦਗੀ ਕਰ ਆਪ ਸਭ ਦਾ ਬਹੁਤ ਧੰਨਵਾਦ ਮੈਂ ਸਮੁੱਚੇ ਵੀਰਾਂ ਦਾ ਹਰ ਸਾਲ ਇਹ ਗੁਰਮੁਖ ਪਿਆਰੇ ਆਉਂਦੇ ਆ ਇਹ ਪਟਵਾਰੀ ਸਾਹਿਬ ਜਿੰਨੇ ਇਹਨਾਂ ਦੇ ਸਾਥੀ ਆ ਵੀਰ ਸਾਡੇ ਮੈਂ ਇੱਕ ਇਹਨਾਂ ਨੂੰ ਬੇਨਤੀ ਕੀਤੀ ਵੈਸੇ ਸਲਾਹ ਕਰਨ ਮੈਂ ਕਿਹਾ ਵੀ ਹੁਣ ਮੇਰਾ ਨਾ ਇਹ ਜਿਹੜਾ ਗੱਡੀ ਇਹ ਪੁਰਾਣੀ ਹੁੰਦੀ ਪਈ ਭਇਆ ਪੁਰਾਣਾ ਚੋਲਾ ਦਿਲ ਨਹੀਂ ਮੇਰਾ ਕਰਦਾ ਮੈਂ ਕਥਾ ਛੱਡਾਂ ਦਰਦ ਹੁੰਦੀ ਹੈ ਪਰ ਮੈਂ ਕਦੀ ਸਤਿਗੁਰੂ ਅੱਗੇ ਇੱਕ ਹੋਰ ਅਰਦਾਸ ਵੀ ਇਹਨੂੰ ਜ਼ਿੰਦਗੀ ਦਾ ਹਿੱਸਾ ਭਾਵੇਂ ਬਣਾ ਦੇਈ ਪਰ ਕਦੀ ਮਨ 'ਚ ਫੁਰਨਾ ਨਾ ਉੱਠੇ ਮੈਨੂੰ ਦਰਦ ਕਿਉਂ ਦਿੱਤਾ ਇਹਨੂੰ ਮਿੱਠਾ ਕਰਕੇ ਮੰਨਣ ਦੀ ਇਜਾਜ਼ਤ ਦੇ ਪਰ ਜੇ ਤੁਸੀਂ ਸਵੇਰੇ ਕਰ ਲਓ ਕਰੋਗੇ ਨਾ ਸੋਚ ਲਿਆ ਜੇ ਬਾਕੀ ਕਿਉਂਕਿ ਹਰ ਪ੍ਰਬੰਧ ਆਪੋ ਆਪਣਾ ਹੁੰਦਾ ਸ਼ਾਮ ਨੂੰ ਸੰਗਤਾਂ ਵਿਹਲੀਆਂ ਹੁੰਦੀਆਂ ਹੁਣ ਇੱਥੋਂ ਜਾ ਕੇ ਫਿਰ 2:30 ਵਜੇ ਸਵੇਰੇ ਦਾਤੇ ਦੇ ਦਰਬਾਰ ਜਾਣਾ ਹੁੰਦਾ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਤਨ ਤੰਗ ਕਰਦਾ ਆਪ ਸਭ ਦਾ ਧੰਨਵਾਦ ਮੇਰੇ ਅਤਿ ਸਨਮਾਨ ਬਹੁਤ ਨਿਮਰਤਾ ਦੀ ਪੂਰਤ ਭਾਈ ਦਵਿੰਦਰ ਸਿੰਘ ਜੀ ਸੋਢੀ ਤੇ ਬਹੁਤ ਪਿਆਰੇ ਕੀਰਤਨੀਆਂ ਦੀ ਸ਼ਰਧਾ ਵਾਲਾ ਤੇ ਮੈਂ ਅਕਸਰ ਹਰ ਇੱਕ ਬੰਦੇ ਦੀ ਇਗੋ ਹੁੰਦੀ ਹੈ ਨਾ ਉਹ ਉਂਝ ਛੇਤੀ ਕਿਤੇ ਮੈਂ ਕਦੀ ਬਿਨਾਂ ਸੱਦਿਆਂ ਕਿਤੇ ਵੀ ਨਹੀਂ ਤੇ ਮੈਂ ਪਿਛਲੇ ਸਾਲ ਇੰਨਾ ਪ੍ਰੋਗਰਾਮ ਰੱਖਿਆ ਸੀ ਸ਼ਾਇਦ ਪਿਛਲੇ ਸਾਲ ਤੇ ਇਹ ਬੜੀ ਬੜੀ ਆਏ ਤੇ ਮੈਂ ਬਾਹਰ ਜਾਣਾ ਸੀ ਤੇ ਮੈਂ ਕਿਹਾ ਵੀ ਆ ਨਹੀਂ ਸਕਣਾ ਫਿਰ ਮੈਂ ਆ ਗਿਆ ਤੇ ਨਾ ਮੈਨੂੰ ਮੈਂ ਕੀਤਾ ਨਹੀਂ ਮੈਂ ਆਪਣੇ ਆਪ ਹੀ ਚਲਾ ਗਿਆ ਮੇਰੇ ਮਨ 'ਚ ਜਿਹੜਾ ਇੰਨੀ ਨਿਮਰਤਾ ਭਾਵਨਾ ਹੁੰਦਾ ਉੱਥੇ ਕਾਹਦੀ ਪਦਵੀਆਂ ਕਾਹਦੀ ਈਗੋ ਸਤਿਗੁਰੂ ਕਿਰਪਾ ਕਰੇ ਹੁਣ ਤੁਸੀਂ ਉੱਠਿਓ ਨਾ ਇਹਨਾਂ ਨੂੰ ਸੁਣਿਓ ਮੇਰੀ ਬੇਨਤੀ ਹੈ ਤੁਹਾਡੇ ਮੇਰੇ ਪਿੱਛੇ ਨਾ ਤੁਰਿਓ ਪਿੱਛੇ ਸਤਿਗੁਰੂ ਦੇ ਤੁਰਿਓ ਇਹ ਮੈਂ ਬਾਹਰ ਦੀ ਨਿਮਰਤਾ ਨਹੀਂ ਉਹ ਸਾਡਾ ਵੇਖੋ ਹੁਣ ਭਾਈ ਸਾਹਿਬ ਆਏ ਨੇ ਪਤਾ ਨਹੀਂ ਮੇਰੇ ਕੋਲ ਤੇ ਇਕੱਲੇ ਸ਼ਬਦ ਨੇ ਇਹਨਾਂ ਕੋਲ ਕੀਰਤਨ ਹੈ ਤੇ ਕੀਰਤਨ ਵਿੱਚ ਬੰਦੇ ਦੀ ਜ਼ਿੰਦਗੀ ਪਲਟੀ ਜਾਂਦੀ ਕੀਰਤਨ ਇੱਕ ਭਗਤੀ ਹੈ ਤੇ ਜਦੋਂ ਕੀਰਤਨ ਹੋਵੇ ਨਾ ਇੱਕ ਤਰੀਕਾ ਸੁਣ ਆਪਾਂ ਦੇਖੋ ਬੈਠੇ ਹਾਂ ਇਹ ਸਮਾਂ ਭਾਈ ਸਾਹਿਬ ਕੀਰਤਨ ਕਰਨ ਤੇ ਆਪ ਜੀ ਜਦੋਂ ਵਾਜਾ ਵਜਾਣ ਉਸ ਸਮੇਂ ਅੰਦਰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ